ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਬਕਾਇਦਾ ਤੌਰ 'ਤੇ ਫਿਰ ਮੁੜ ਸਾਲ ਦੇ ਉਸ ਚੱਕਰ ਗੇਟ ਦੇ ਨਾਲ ਲੈਂਸਿੰਗ ਸ਼ਹਿਰ ਦੇ ਵਿੱਚ ਖਲੋਤੇ ਹਾਂ। ਅਮਰੀਕਾ ਦੀ 37ਵੀਂ ਸਟੇਟ, ਜਿਸ ਨੂੰ 37th ਸਟੇਟ ਕਿਹਾ ਜਾਂਦਾ, ਮਿਸ਼ੀਗਨ, ਜਿਹੜੀ 1847 ਦੇ ਵਿੱਚ ਹੋਂਦ ਵਿੱਚ ਆਈ, ਔਰ ਲੈਂਸਿੰਗ ਜਿਹੜੀ ਹੈ ਉਹ ਉਸ ਦੀ ਰਾਜਧਾਨੀ ਹੈ, ਔਰ ਇਸ ਲੈਂਸਿੰਗ ਨੂੰ ਮਿਡ ਮਿਸ਼ੀਗਨ ਕਿਹਾ ਜਾਂਦਾ। ਇਹ ਬਿਲਕੁਲ ਸੈਂਟਰ ਦੇ ਵਿੱਚ ਹੈ, ਪਰ ਭਾਵੇਂ ਕਿ ਸਿੱਖ ਕੌਮ ਦੀਆਂ ਲੈਂਸਿੰਗ ਦੇ ਵਿੱਚ ਬਹੁਤ ਘੱਟ ਪਰਿਵਾਰ ਨੇ, ਕੋਈ 35 ਤੋਂ 40 ਪਰਿਵਾਰ ਨੇ, ਪਰ ਇੱਕ ਕੇਂਦਰ ਬਿੰਦੂ ਹੋਣ ਕਰਕੇ ਆਸ ਪਾਸ ਦੇ ਗੁਰੂ ਘਰ ਜਿਹੜੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਜਿਹੜੀ ਹੈ ਉਹ ਸਿੱਖ ਡੇ ਪਰੇਡ ਭਾਵ ਨਗਰ ਕੀਰਤਨ ਬਹੁਤ ਹੀ ਡਿਸਿਪਲਿਨ ਢੰਗ ਨਾਲ ਕੱਢਿਆ ਜਾਂਦਾ ਹੈ। ਸਾਡੀਆਂ ਸਾਂਝਾਂ ਪਿਛਲੇ ਤਕਰੀਬਨ 4 ਸਾਲ ਤੋਂ ਇਸ ਲੈਂਸਿੰਗ ਸਿੱਖ ਡੇ ਪਰੇਡ ਨਾਲ ਬਣੀਆਂ ਹੋਈਆਂ ਨੇ, ਔਰ ਇਸ ਵਾਰ 15ਵੀਂ ਸਿੱਖ ਡੇ ਪਰੇਡ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਬਹੁਤ ਹੀ ਵਡਮੁੱਲੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਔਰ ਜਿੱਥੇ ਮੈਂ ਸਮਝਾਂਗਾ ਕਿ ਇਹ ਇੱਕ ਬਹੁਤ ਹੀ ਵੱਡੀ ਅੱਜ ਦੇਣ ਹੈ ਕਿ ਅੱਜ ਪ੍ਰੋਗਰਾਮ ਦਾ ਜਿਹੜਾ ਆਗਾਜ਼ ਚੰਦ ਪਲਾਂ ਤੱਕ ਹੋਣ ਵਾਲਾ ਹੈ, ਸਾਡੇ ਕੋਲ ਇੱਥੇ ਦੇ ਸੈਨੇਟਰ ਮਿਸਟਰ ਰਿਕ ਜਾਨ ਉਹ ਪਹੁੰਚ ਚੁੱਕੇ ਨੇ, ਕਿਉਂਕਿ ਮੈਂ ਇਹ ਰਿਸ਼ਤਿਆਂ ਦੀਆਂ ਤੰਦਾਂ ਖਾਸ ਤੌਰ ਦੇ ਉੱਤੇ ਇਸ ਕਰਕੇ ਦੇਖਦਾ ਕਿ ਸਾਡੇ ਲੀਡਰਾਂ ਨਾਲੋਂ ਵੀ ਪਹਿਲਾਂ ਸੈਨੇਟਰ ਰਿਕ ਜਾਨ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਹੀ ਕਮਿਊਨਿਟੀ ਦੇ ਨਾਲ ਇੱਕ ਪਿਆਰ ਦੀ ਵੱਡੀ ਗਵਾਹੀ ਜਿਹੜੀ ਹੈ ਉਹ ਭਰਦਾ। ਮੈਂ ਧੰਨਵਾਦ ਕਰਨਾ ਚਾਹਾਂਗਾ ਲਾਡੀ ਮੁਲਤਾਨੀ ਹੋਰਾਂ ਦਾ, ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਬਲਵੀਰ ਸਿੰਘ, ਸਰਦਾਰ ਬਖਸ਼ੀਸ਼ ਸਿੰਘ ਜੀ, ਅੰਕਲ ਬਲਵੀਰ ਸਿੰਘ ਜੀ, ਸਰ ਬਲਵੀਰ ਸਿੰਘ, ਸਰ ਗੁਰਦੇਵ ਸਿੰਘ, ਸਰ ਗੁਰਵਿੰਦਰ ਸਿੰਘ, ਸਰਦਾਰ ਜਸਵੰਤ ਸਿੰਘ, ਸਰ ਜਸਵਿੰਦਰ ਸਿੰਘ, ਕਮਲਜੀਤ ਸਿੰਘ ਜੀ, ਕਰਨੈਲ ਸਿੰਘ ਜੀ, ਕਸ਼ਮੀਰ ਸਿੰਘ ਜੀ, ਕੁਲਦੀਪ ਸਿੰਘ ਜੀ, ਨਿਸ਼ਾਨ ਸਿੰਘ ਜੀ, ਰਜਿੰਦਰ ਸਿੰਘ ਜੀ, ਐਸ ਪੀ ਸਿੰਘ ਜੀ ਔਰ ਸੁਖਜਿੰਦਰ ਸਿੰਘ ਜੀ। ਉਹਨਾਂ ਤੋਂ ਇਲਾਵਾ ਚੰਦ ਪਲਾਂ ਤੱਕ ਸਾਡੇ ਕੋਲ ਪਹੁੰਚਣ ਵਾਲੇ ਨੇ ਮਿਸਟਰ ਸੁਧਾਰਕਰ ਦਲੇਲਾ, ਜਿਹੜੇ ਕਿ ਕੌਂਸਲ ਜਨਰਲ ਆਫ ਇੰਡੀਆ ਸ਼ਿਕਾਗੋ ਆਫਿਸ ਦੇ ਵਿੱਚ ਨੇ, ਉਹ ਬਕਾਇਦਾ ਤੌਰ ਦੇ ਉੱਤੇ ਸਿੱਖ ਡੇ ਪਰੇਡ ਦੇ ਵਿੱਚ ਆਪਣੇ ਰਿਸ਼ਤਿਆਂ ਨੂੰ ਪਕੇਰਾ ਕਰਨ ਵਾਸਤੇ ਪਹੁੰਚਣ ਵਾਲੇ ਨੇ। ਸੋ ਸੈਨੇਟਰ ਰਿਕ ਜਾਨ ਸਾਡੇ ਨਾਲ ਨੇ। ਫਸਟ ਵੈਲਕਮ ਮਿਸਟਰ ਰਿਕ ਜਾਨ। Thank you. This is a wonderful festival here in Lansing, Michigan. Mr. Rick, you have the wonderful relation with the Sikh community. First, what do you feel about the Sikh community? The Sikh community is wonderful. I live just west of here, the Delta Township area, and they're preparing in 2 weeks to start a new temple. What's your basic experience in the politics, economy, all other things, you know, due to the township, you know? The Sikh community starts new businesses. Their wonderful children are going to our schools, and all legal immigration is welcome here in Michigan. I think so. You heard the worldwide, the Sikh community is helping all over the where is the disaster in the worldwide. The first is the Sikh community is over there. In past, I think so, 6 months past in Texas area over there, the Sikh community did a lot of help. And sometime we face the problem of about the identity, Sikh identity, and we face the something is discrimination in still this country. So what's your view about that? My view are the Sikh community in my area are wonderful Americans, and I welcome more to move here. Thank you very much. Thank you very much. ਸਾਡੇ ਨਾਲ ਨੇ ਲਾਡੀ ਮੁਲਤਾਨੀ ਜੀ। ਲਾਡੀ ਮੁਲਤਾਨੀ ਜੀ, ਤੁਸੀਂ ਇਸ ਸ਼ਹਿਰ ਦੇ ਨਾਲ ਮਿਸਟਰ ਰਿਕ ਜੌਨ ਨੇ ਔਰ ਹੋਰ ਜਿਹੜੇ ਸਾਡੇ ਅਫੀਸ਼ੀਅਲ ਨੇ ਉਹਨਾਂ ਨਾਲ ਤੁਹਾਡੇ ਰਿਲੇਸ਼ਨਸ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ, ਔਰ ਕੁਛ ਇਸ ਪਰੇਡ ਬਾਰੇ ਜ਼ਰੂਰ ਦੱਸੋ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਅੱਜ ਅਸੀਂ ਇੱਥੇ 15ਵੀਂ ਸਿੱਖ ਡੇ ਪਰੇਡ ਲੈਂਸਿੰਗ ਮਿਸ਼ੀਗਨ ਵਿੱਚ ਮਨਾ ਰਹੇ ਹਾਂ। ਗੁਰੂ ਦੀ ਕਿਰਪਾ ਹੈ ਸਾਰਿਆਂ 'ਤੇ, ਬਹੁਤ ਪਿਆਰ ਨਾਲ, ਬਹੁਤ ਮੁਹੱਬਤ ਨਾਲ ਸਾਰੇ ਰਲ ਮਿਲ ਕੇ ਇਹ ਪਰੇਡ ਮਨਾਉਂਦੇ ਨੇ ਪਿਛਲੇ 15 ਸਾਲ ਤੋਂ। ਜਿਸ ਤਰ੍ਹਾਂ ਰਿਕ ਨੇ ਹੁਣੇ ਕਿਹਾ ਕਿ ਅਸੀਂ ਨਵਾਂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਵੀ ਜਲਦੀ ਸ਼ੁਰੂ ਕਰਨ ਲੱਗੇ, 1-2 ਵੀਕ ਦੇ ਵਿੱਚ ਸੋ
As far as the relations are concerned with the Rick and other community, we have very, very beautiful, wonderful relation with the city, with the state, with Rick, with the Senate, everyone, and they are very cooperative with us. And we, as a community, also go out of our way to be part of this community, this state, and this country that wonderful. We love. This is our beloved country. We love it, love the USA from the bottom of our heart. We always say God bless America. Thank you. Yes. Thank you. ਦੋਸਤੋ ਮੈਂ ਦੱਸਣਾ ਚਾਹਾਂਗਾ ਜਿਵੇਂ ਲਾਡੀ ਮੁਲਤਾਨੀ ਹੋਰਾਂ ਨੇ ਆਪਣੇ ਰਿਸ਼ਤਿਆਂ ਦੇ ਬਾਰੇ 'ਚ ਬਿਆਨ ਕੀਤਾ ਕਿ ਇਸ ਸਿਟੀ ਦੇ ਨਾਲ ਔਰ ਇੱਥੇ ਦੇ ਸੈਨੇਟਰ ਔਰ ਪੋਲੀਟੀਸ਼ੀਅਨਸ ਦੇ ਨਾਲ ਸਾਡੇ ਬਹੁਤ ਹੀ ਖੂਬਸੂਰਤ ਰਿਸ਼ਤੇ ਨੇ ਪਰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਗੁਰੂ ਨਾਨਕ ਸਿੱਖ ਸੈਂਟਰ ਜੋ ਹੈ ਉਸ ਦੀ ਨਵੀਂ ਇਮਾਰਤ ਬਣ ਰਹੀ ਹੈ ਔਰ ਹਰ ਇੱਕ ਬੱਚਾ ਜਿਹੜਾ ਉਹ ਇਸ ਗੱਲ ਵਾਸਤੇ ਪੱਬਾਂ ਭਾਰ ਹੋਇਆ ਹੋਇਆ ਔਰ ਇਸ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਦਾ ਸਤ ਸੰਤੋਖ ਵਧੀਆ ਚੱਲ ਰਿਹਾ ਔਰ ਮੈਂ ਸਮਝਾਂਗਾ ਕਿ ਉਹਦੇ ਵਾਸਤੇ ਜਿੱਥੇ ਤੱਕ ਵੀ ਸਾਡੀ ਆਵਾਜ਼ ਸੁਣਦੀ ਹੈ ਜਿਹੜੇ ਬਾਹਰੀ ਗੁਰੂ ਘਰ ਵੀ ਹੈ ਜਦੋਂ ਵੀ ਕੋਈ ਨਵਾਂ ਗੁਰੂ ਘਰ ਵੱਡਾ ਹੋਣ ਦੇ ਵਿੱਚ ਆਉਂਦਾ ਮੈਂ ਸਮਝਾਂਗਾ ਕਿ ਗੁਰੂ ਘਰ ਨੇ ਕਿੱਡੀ ਵੱਡੀ ਇਹ ਪਰੇਡ ਜਿਹੜੀ ਹੈ ਔਰ ਦੁਨੀਆ ਭਰ ਦੇ ਵਿੱਚ ਇਸ ਦਾ ਉਜਾਲਾ ਕੀਤਾ ਔਰ 15 ਸਾਲ ਹੋ ਗਏ ਲਗਾਤਾਰ ਇਸ ਨਗਰ ਕੀਰਤਨ ਨੂੰ ਕਿ ਮਿਸ਼ੀਗਨ ਦੀ ਰਾਜਧਾਨੀ 'ਚੋਂ ਨਗਰ ਕੀਰਤਨ ਕੱਢਣਾ ਇਹ ਕੋਈ ਸੌਖੀਆਂ ਗੱਲਾਂ ਨਹੀਂ ਹੁੰਦੀਆਂ ਪਰ ਮੈਂ ਚਾਹਾਂਗਾ ਕਿ ਗੁਰੂ ਨਾਨਕ ਸਿੱਖ ਸੈਂਟਰ ਜਿਹੜੀ ਜਿਸ ਦੀ ਨਵੀਂ ਇਮਾਰਤ ਬਣ ਰਹੀ ਹੈ ਦੂਰ ਦੁਰਾਡੇ ਤੱਕ ਜਿੱਥੇ ਸਾਡੀ ਆਵਾਜ਼ ਪਹੁੰਚਦੀ ਹੈ ਉੱਥੇ ਇਸ ਗੁਰੂ ਘਰ ਦੇ ਸੱਜਣ ਜਦੋਂ ਵੀ ਪਹੁੰਚਣ ਗੁਰੂ ਘਰਾਂ ਵੱਲੋਂ ਵੀ ਇਸ ਗੁਰੂ ਘਰ ਦੀ ਇਮਾਰਤ ਵਾਸਤੇ ਵੱਧ ਤੋਂ ਵੱਧ ਇਮਦਾਦ ਜਿਹੜੀ ਹੈ ਵੱਧ ਤੋਂ ਵੱਧ ਮਦਦ ਜਿਹੜੀ ਹੈ ਉਹ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਦੇਣੀ ਆਪਣੇ ਹੀ ਗੁਰੂ ਦਾ ਇੱਕ ਹੋਰ ਸਥਾਨ ਬਣਾਉਣ ਵਾਸਤੇ ਇਸ ਤਰ੍ਹਾਂ ਦੇ ਕੌਜ਼ ਜਿਹੜੇ ਨੇ ਉਹ ਕਰਨੇ ਚਾਹੀਦੇ ਆ ਕਿਉਂਕਿ ਜ਼ਰੂਰੀ ਨਹੀਂ ਕਿ ਮਿਸ਼ੀਗਨ ਦੇ ਗੁਰੂ ਘਰ ਜਾਂ ਉੱਥੇ ਦੀ ਸੰਗਤ ਹੀ ਡੋਨੇਟ ਕਰੇ ਡੋਨੇਟ ਵੀ ਕਿਉਂ ਕਰੇ ਖਾਸ ਤੌਰ 'ਤੇ ਤਾਂ ਗੁਰੂ ਦਾ ਘਰ ਹੈ ਔਰ ਇੱਥੇ ਅੱਗੇ ਉਮੜ ਕੇ ਆਉਣਾ ਚਾਹੀਦਾ ਨਿਊਯਾਰਕ ਨਿਊਜਰਜ਼ੀ ਵਾਸ਼ਿੰਗਟਨ DC ਜਾਂ ਮੈਂ ਸਮਝਾਂਗਾ ਈਸਟ ਕੋਸਟ ਅਤੇ ਮਿਡ ਵੈਸਟ ਇੱਕ ਇਸ ਤਰ੍ਹਾਂ ਦਾ ਨਾਤਾ ਜੁੜਦਾ ਮਿਸ਼ੀਗਨ ਦੇ ਨਾਲ ਕਿ ਉਹ ਸਾਰੇ ਇਸ ਕੌਜ਼ ਵਾਸਤੇ ਅੱਗੇ ਆਉਣ ਸੋ ਸਰਦਾਰ ਬਲਵੀਰ ਸਿੰਘ ਜੀ ਜਿਹੜੇ ਬਹੁਤ ਹੀ ਸੂਝਵਾਨ ਔਰ ਮੈਂ ਸਮਝਾਂਗਾ ਕਿ ਮੁੱਖ ਤੌਰ ਦੇ ਉੱਤੇ ਅਗਵਾਈ ਕਰਨ ਵਾਲੇ ਸਿੰਘਾਂ ਦੇ ਵਿੱਚੋਂ ਆਉਂਦੇ ਨੇ ਕੀ ਕਹਿਣਗੇ ਇਸ ਕੌਜ਼ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਜਿਸ ਤਰ੍ਹਾਂ ਕਿ ਅਸੀਂ ਖਾਲਸਾ ਸਾਜਣਾ ਦਿਵਸ ਮਨਾ ਰਹੇ ਹਾਂ ਸਭ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਨਾਲ ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਸੰਯੋਗ ਹੈ ਦੂਰੋਂ ਨੇੜਿਓਂ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਹਨ ਖਾਸ ਕਰਕੇ ਸ਼ਿਕਾਗੋ ਅਡਿਆਨਾ ਅਤੇ ਮਿਸ਼ੀਗਨ ਦੀਆਂ ਸਾਰੇ ਸ਼ਹਿਰਾਂ ਵਿੱਚ ਸੰਗਤਾਂ ਆਉਂਦੀਆਂ ਹਨ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦੀਆਂ ਹਨ ਅਸੀਂ ਜਸ ਪੰਜਾਬੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਹਰ ਸਾਲ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਹਨ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਅਤੇ ਨਾਲ ਹੀ ਸਾਰੀਆਂ ਸੰਗਤਾਂ ਜਿਹੜੀਆਂ ਕਿ ਸਾਡੀ ਆਵਾਜ਼ ਵੀ ਸੁਣਦੀਆਂ ਹੋਣ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿਸ ਤਰ੍ਹਾਂ ਕਿ ਰਿਆੜ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਵੀਂ ਬਣਾ ਰਹੇ ਹਾਂ ਅਗਲੇ ਹਫ਼ਤੇ ਸਾਡੀ ਬਿਲਡਿੰਗ ਕੰਸਟਰਕਸ਼ਨ ਚਾਲੂ ਹੋ ਜਾਣੀ ਹੈ ਅਸੀਂ ਸਾਰਿਆਂ ਅੱਗੇ ਬੇਨਤੀ ਕਰਨੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਥੋੜ੍ਹਾ ਕਣਾ ਵੱਧ ਤੋਂ ਵੱਧ ਜੋ ਵੀ ਕੋਈ ਦੇ ਸਕਦਾ ਜ਼ਰੂਰ ਦਾਨ ਦੇਣ ਦੀ ਕੋਸ਼ਿਸ਼ ਕਰਨੀ ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਅੰਕਲ ਬਲਵੀਰ ਸਿੰਘ ਜੀ ਮੇਰਾ ਖਿਆਲ ਹੈ ਕਿ ਤੁਸੀਂ ਇੱਕ ਵਾਰੀ ਸਾਡੇ ਚੈਨਲ ਦੇ ਉੱਤੇ ਆਓ ਇਹ ਚੈਨਲ ਤੁਹਾਡਾ ਆਪਣਾ ਚੈਨਲ ਹੈ ਅਸੀਂ ਮੁੱਢ ਤੋਂ ਲੈ ਕੇ ਤੁਹਾਡੇ ਨਾਲ ਇੱਕ ਵਿਸ਼ੇਸ਼ ਰਿਸ਼ਤਾ ਆਪਣੀ ਕਮਿਊਨਿਟੀ ਨਾਲ ਰੱਖਦੇ ਹਾਂ ਚੈਨਲ ਦੇ ਉੱਤੇ ਆਤਮਾ ਚੜ੍ਹਦੀ ਕਲਾ ਰੱਖੇ ਅਤੇ ਨਾਲ ਹੀ ਤਰ੍ਹਾਂ ਕਿ ਰਿਆੜ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਵੀਂ ਬਣਾ ਰਹੇ ਹਾਂ ਅਗਲੇ ਹਫ਼ਤੇ ਸਾਡੀ ਬਿਲਡਿੰਗ ਕੰਸਟਰਕਸ਼ਨ ਚਾਲੂ ਹੋ ਜਾਣੀ ਹੈ ਅਸੀਂ ਸਾਰਿਆਂ ਅੱਗੇ ਬੇਨਤੀ ਕਰਨੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਥੋੜ੍ਹਾ ਕਣਾ ਵੱਧ ਤੋਂ ਵੱਧ ਜੋ ਵੀ ਕੋਈ ਦੇ ਸਕਦਾ ਜ਼ਰੂਰ ਦਾਨ ਦੇਣ ਦੀ ਕੋਸ਼ਿਸ਼ ਕਰਨੀ ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਅੰਕਲ ਬਲਵੀਰ ਸਿੰਘ ਜੀ ਮੇਰਾ ਖਿਆਲ ਹੈ ਕਿ ਤੁਸੀਂ ਇੱਕ ਵਾਰੀ ਸਾਡੇ ਚੈਨਲ ਦੇ ਉੱਤੇ ਆਓ ਇਹ ਚੈਨਲ ਤੁਹਾਡਾ ਆਪਣਾ ਚੈਨਲ ਹੈ ਅਸੀਂ ਮੁੱਢ ਤੋਂ ਲੈ ਕੇ ਤੁਹਾਡੇ ਨਾਲ ਇੱਕ ਵਿਸ਼ੇਸ਼ ਰਿਸ਼ਤਾ ਆਪਣੀ ਕਮਿਊਨਿਟੀ ਨਾਲ ਰੱਖਦੇ ਹਾਂ ਚੈਨਲ ਦੇ ਉੱਤੇ ਬੈਠ ਕੇ ਅਸੀਂ ਪੂਰੀ ਸੰਗਤ ਨੂੰ ਜਿਹੜੀ ਹੈ ਉਹ ਰਿਕੁਐਸਟ ਕਰਾਂਗੇ ਸੋ ਸਾਡੇ ਭਾਈ ਸਾਹਿਬ ਇਹ ਕੀ ਕਹਿਣਾ ਚਾਹੋਗੇ ਆ ਜਾਓ ਜੀ ਨਜ਼ਦੀਕ ਆਓ ਭਾਅ ਜੀ ਥੋੜ੍ਹਾ ਜਿਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਸਾਜਾਂ ਦਿਫਦੀ ਸਾਰੀ ਹੀ ਸਿੱਖ ਕਮਿਊਨਿਟੀ ਨੂੰ ਲੱਖ ਲੱਖ ਵਧਾਈ ਹੋਵੇ। 15ਵਾਂ ਨਾਗਰ ਕੀਰਤਨ ਜੋ ਸਾਡੇ ਸ਼ਹਿਰ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਾਰੀ ਸੰਗਤ ਦੇ ਸਹਿਯੋਗ ਨਾਲ ਲੈਂਸਿੰਗ ਦੀ ਕਮੇਟੀ ਦੀ ਸਾਰੀ ਘੱਲੋ ਘਰ ਦੇ ਨਾਲ ਜੋ ਮਨਾਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ ਸਾਰੀ ਹੀ ਸਿੱਖ ਕਮਿਊਨਿਟੀ ਨੂੰ ਲੱਖ ਲੱਖ ਵਧਾਈ ਹੋਵੇ। ਜੋ ਵੀ ਸਾਡਾ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸੁਨੇਹਾ ਹੈ ਉਹ ਸਿੱਖਾਂ ਤੱਕ ਸਾਡਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪ ਵੀ ਸਾਡੇ ਦੱਸੇ ਹੋਏ ਕਾਰਜ 10ਵੇਂ ਪਾਤਸ਼ਾਹ ਦੇ ਪੂਰਨਿਆਂ ਉੱਤੇ ਚੱਲਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਹੈ ਉਸ ਨੂੰ ਸੰਭਾਲਣਾ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜੀ ਕਿ ਵਧੀਆ ਤਰੀਕੇ ਦੇ ਨਾਲ ਨਹੀਂ ਚੱਲ ਰਹੀ ਉਸ ਨੂੰ ਇਸ ਚੀਜ਼ ਨੂੰ ਦਿਖਾਉਣ ਵਾਸਤੇ ਜਿਹੜੇ ਵੀ ਨਗਰ ਕੀਰਤਨ ਹਰ ਸ਼ਹਿਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਕੱਢਣੇ ਅਤੇ ਦਿਖਾਉਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਸ ਸਦਕਾ ਆਉਣ ਵਾਲਾ ਟਾਈਮ ਜਿਹੜਾ ਹੈ ਅਸੀਂ ਸੰਭਾਲ ਸਕੀਏ। ਗੁਰੂ ਘਰ 'ਤੇ ਕੋਈ ਵੀ ਛੋਟਾ ਨਹੀਂ ਮੇਰੀਆਂ ਨਜ਼ਰਾਂ ਵਿੱਚ ਅਤੇ ਭਾਵੇਂ ਜਿੱਥੇ 4 ਇੱਟਾਂ ਵੀ ਲੱਗੀਆਂ ਹਨ ਉਹ ਵੀ ਗੁਰੂ ਘਰ ਇੰਨਾ ਵੱਡਾ ਮੈਨੂੰ ਨਜ਼ਰ ਆਉਂਦਾ ਹੈ। ਐਡੇ ਐਡੇ ਵੱਡੇ ਗੁਰੂ ਘਰਾਂ ਦੀ ਐਡੇ ਐਡੇ ਵੱਡੇ ਆਪਣੇ ਘਰਾਂ ਦੀ ਸਾਨੂੰ ਇੰਨੀ ਜ਼ਰੂਰਤ ਨਹੀਂ ਹੈ ਜਿੰਨੀ ਕਿ ਸਾਨੂੰ ਆਉਣ ਵਾਲੀ ਆਪਣੀ ਨਿਊ ਜਨਰੇਸ਼ਨ ਨੂੰ ਬਚਾਉਣ ਦੀ ਜ਼ਰੂਰਤ ਹੈ। ਜਿਹੜਾ ਵੀ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਲੈਂਸਿੰਗ ਦੇ ਵਿੱਚ ਕੀਤਾ ਹੈ ਇਸ ਉਪਰਾਲੇ ਦਾ ਸਦਕਾ ਇਹ ਸਾਰੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਨਾਲ ਹੀ ਜਸ ਪੰਜਾਬੀ ਦੇ ਰਿਆੜ ਸਾਹਿਬ ਜੋ ਕਿ ਇੱਡੀ ਦੂਰ ਦੁਰਾਡਿਓਂ ਆ ਕੇ ਸਾਡਾ ਇੰਨਾ ਸਹਿਯੋਗ ਦਿੰਦੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਵੀ ਦੂਰੋਂ ਨੇੜਿਓਂ ਸਿੱਖ ਕਮਿਊਨਿਟੀ ਦਾ ਬੱਚਾ ਵੀ ਸੁਣਦਾ ਹੋਵੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਤਾਂ ਬਣ ਹੀ ਜਾਣਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹ ਕਿਸੇ ਨੇ ਨਹੀਂ ਬਣਾਉਣਾ, ਉਹ ਗੁਰੂ ਦਾ ਆਪਣਾ ਘਰ ਹੈ, ਗੁਰੂ ਨੇ ਆਪ ਬਣਾਉਣਾ ਹੈ, ਅਸੀਂ ਉਸ ਦੇ ਵਿੱਚ ਕੁਛ ਵੀ ਨਹੀਂ ਕਰ ਸਕਦੇ। ਐਵੇਂ ਆਪਣੇ ਸਿਰ ਦੇ ਉੱਤੇ ਨੁਮਾਇੰਦਗੀਆਂ ਜਾਂ ਕੁਛ ਹੋਰ ਵੀ ਚੀਜ਼ਾਂ ਆਪਣੇ ਸਿਰ 'ਤੇ ਬਿਠਾ ਕੇ ਅਸੀਂ ਇਸ ਚੀਜ਼ ਨੂੰ ਫਰੰਟ 'ਤੇ ਨਹੀਂ ਲਿਆਉਣਾ, ਅਸੀਂ ਆਪਣੇ ਗੁਰੂ ਦਾ ਘਰ ਆਪਣੇ ਸਾਹਮਣੇ ਰੱਖਣਾ ਹੈ। ਜੋ ਵੀ ਮੇਰੇ ਕੋਲ ਬੋਲਦਿਆਂ ਕਿਸੇ ਕਿਸਮ ਦੀ ਵੀ ਕੋਈ ਗਲਤੀ ਹੋਵੇ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਭਾਈ ਸੁਖਵਿੰਦਰ ਸਿੰਘ ਜੀ, ਉਹ ਕੀ ਕਹਿਣਗੇ ਬਹੁਤ ਸ਼ਾਰਟ ਦੇ ਵਿੱਚ, ਕਿਉਂਕਿ ਬਕਾਇਦਾ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਫਲੋਟ ਦੇ ਉੱਤੇ ਕਰਕੇ ਅਤੇ ਇਹ ਪਰੇਡ ਚੱਲਣ ਵਾਸਤੇ ਤਿਆਰ ਹੈ। ਵਾਹ ਪ੍ਰਗਟਿਓ ਮਰਦ ਅੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਮਹਾਰਾਜ ਜੀ ਦੀ ਪਵਿੱਤਰ ਪਾਵਨ ਰਸਨਾ ਤੋਂ ਬੁਲੰਦ ਕੀਤੀ ਹੋਈ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸਰਬੱਤ ਸੰਗਤਾਂ ਨੂੰ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਮੈਂ ਇਸ ਸਥਾਪਨਾ ਦਿਹਾੜੇ ਦੇ ਮੌਕੇ 'ਤੇ ਸਰਬੱਤ ਸੰਗਤਾਂ ਦਾ ਵਧਾਈ ਦਿੰਦਾ ਹਾਂ, ਨਾਲ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਜਿੱਥੇ ਗੁਰੂ ਮਹਾਰਾਜ ਜੀ ਦੇ ਆ ਕੇ ਦਰਸ਼ਨ ਦਿਦਾਰੇ ਕੀਤੇ ਹਨ, ਨਾਲ ਹੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਹੈ। ਮੈਂ ਸਮੁੱਚੀ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉਹ ਰਿਆੜ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਐਂਡ ਸੈਕਟਰੀ ਸਾਹਿਬ ਸਰਦਾਰ ਬਲਵੀਰ ਸਿੰਘ ਜੀ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਉਲੀਕਿਆ ਹੈ। ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਅੰਤ ਵਿੱਚ ਮੈਂ ਕੋਟਾਣ ਕਟਾਰ ਧੰਨਵਾਦ ਕਰਦਾ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਚੰਦ ਪਲਾਂ ਦੇ ਵਿੱਚ ਹੀ ਇਹ ਨਗਰ ਕੀਰਤਨ ਜਿਹੜਾ ਹੈ ਇਹ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਹੋਏਗਾ। ਮੈਂ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਾ ਕਿ ਜਿੰਨਾ ਇਹਨਾਂ ਦੇ ਵਿੱਚ ਪਿਆਰ ਮੁਹੱਬਤ ਔਰ ਸਹਿਯੋਗ ਹੈ। 5-10 ਮਿੰਟ ਦੇ ਵਿੱਚ ਹੀ ਸਾਡੇ ਕੋਲ ਸੁਧਾਰਕਰ ਦਲੇਲਾ, ਜਿਹੜੇ ਕਿ ਕੌਂਸਲ ਜਨਰਲ ਨੇ ਸ਼ਿਕਾਗੋ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ, ਉਹ ਵੀ ਪਹੁੰਚਣ ਵਾਲੇ ਨੇ, ਅਸੀਂ ਉਹਨਾਂ ਦੇ ਵੀ ਵਿਚਾਰ ਲਵਾਂਗੇ। ਸੋ ਮਿਲਦੇ ਹਾਂ ਬਿਲਕੁਲ ਉਸ ਸੜਕ ਦੇ ਉੱਤੇ ਸ਼ਹਿਰ ਦੇ ਵਿੱਚ ਦੀ, ਔਰ ਖਾਸ ਤੌਰ ਦੇ ਉੱਤੇ ਸਟੇਟ ਹਾਊਸ ਦੇ ਅੱਗਿਓਂ ਦੀ ਗੁਜ਼ਰੇਗਾ ਇਹ ਨਗਰ ਕੀਰਤਨ, ਔਰ ਆਪਣੀਆਂ ਮਿੱਠੀਆਂ ਯਾਦਾਂ ਜਿਹੜੀਆਂ ਨੇ ਵਖੇਰ ਕੇ ਪਿਛਲੇ ਵਰ੍ਹਿਆਂ ਦੀ ਯਾਦ ਨੂੰ ਫਿਰ ਤਾਜ਼ਾ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੈ
कि लैंसिंग मिशीगन का जिहड़ा परेड है वो शुरू होने जा रही है। पंज प्यारियां दी अगवाई दे विच साहिब श्री गुरु ग्रंथ साहिब जी का सरूप जिहड़े ने वो सुशोभित हो चुके ने फ्लोट दे विच, जिथे मिस्टर रिक जिहड़े सैनेटर वो भी साढ़े नाल पहुँच चुके ने इत्थे सवेर तो ने, और उत्थे मैं समझांगा कि साढ़े शिकागो तो इंडियन कौंसलेट जनरल सुधारकर दलेला जिहड़े ने वो भी पहुँच चुके ने। और इस मिडवेस्ट दे विच जिस ढंग दे नाल मैं समझांगा कि समुचे भारतीय भाईचारे का आपस में प्यार है, और वो इस परेड के विचों समुचे लोग समुचे धर्मों के लोग जिहड़े ने वो इत्थे आउंदे ने। मैं अज बहुत मिस कर रहा अपने बहुत ही प्यारे दोस्त डॉक्टर हरजिंदर खहरा होर नूं जिहड़े कि किसी कारण करके अज वो नहीं आ सके, पर वो हमेशा इस परेड की हर साल 15 साल तो रौनक बनते ने। सो एक बार फिर लाडी मुल्तानी जी मुबारक, सुधारकर जी मेरा ख्याल है कि आप हिंदी में बात करनी ठीक समझेंगे। सबसे पहले तो आप पहली बार यहाँ आए हो अपनी कम्युनिटी में, इंडियन कम्युनिटी में, और यहाँ इतना खूबसूरत माहौल है, और पूरे मिडवेस्ट की संगत जो है इस परेड में पहुँची हुई है, और ये वर्ल्ड वाइड जस्ट ब्रॉडकास्टिंग जो कि सबसे जो US में सबसे बड़ा एक प्लेटफार्म है पंजाबियों का, उसके ऊपर लाइव टेलीकास्ट हो रही है। इसके बारे में और सिख कम्युनिटी के बारे में क्या बोलना चाहेंगे? फर्स्ट ऑफ ऑल आई वुड लाइक टू थैंक लाडी मुल्तानी जी एंड डॉक्टर खेरा फॉर इनवाइटिंग मी फॉर दिस सिख परेड, एंड आई रियली अप्लॉड एंड सल्यूट द वर्क दैट लाडी मुल्तानी जी एंड द सिख कम्युनिटी इज डूइंग इन लैंसिंग and doing every year this parade and bringing the Sikh community and everybody together in the communities to celebrate very rich Sikh culture, traditions, food, music. So I'm delighted to come to Lansing and I'm sure it's going to be a great day of fun, food, music and celebrating the rich tradition of Sikh culture. So I thank very much Mr. Lali Multani ji and everybody, and I see a lot of enthusiasm here. It's a very large community. And Lati Multani ji told me that everybody from Midwest come here every year. So I am looking forward to this great celebration of Sikh culture and traditions, and I'm sure it will be a great day. Thank you. Mr. Sudharkar, main ek aur baat aapse karni chahunga ki pichle dino mein bahut badi ek jo baat hui ki jo kali suchi hai usko khatam kar diya gaya hai, jo मेरा ख्याल उसके बाद में ये पता चला जो लोकल काली सूची ब्लैक लिस्ट बनती है कुछ ना कुछ कारण वो ख़त्म कर दी गई, उसमें से काफ़ी कुछ ऐसा रिएक्शन आए, सिख कम्युनिटी में खुशी की लहर आई, गुरुद्वारों में ये बात हुई, उसके बारे में थोड़ा अगर कोई मैसेज देना चाहोगे? अभी मैं यही बोलना चाहूँगा कि वी आर वर्किंग टुगेदर विद द सिख कम्युनिटी, एंड सिख कम्युनिटी, सिख अमेरिकन कम्युनिटी इज कॉन्ट्रीब्यूटिंग सो मच इन US एंड फॉर इंडिया US रिलेशंस. And this is also a very special year for all of us. We are celebrating 550th birth anniversary of Guru Nanak Dev Ji. Ji. And Government of India has decided to celebrate this great philosopher and great mind of India in a very befitting manner. So we are working in our all the consulates and the embassy in Washington DC to celebrate the birth anniversary of Guru Nanak Dev Ji and with the Sikh community, with Sikh leaders, with Gurdwaras. And my ambassador in Washington DC inaugurated the celebration in January this year, the month he arrived in Washington DC. So we are very looking forward to celebrating, as I said, the great philosopher of India, Guru Nanak Dev Ji, this year everywhere in US, in fact globally I would say. Thank you. So last question is little bit disturbance between the Sikh relationship with the consulate office, how we can build up the good bridge between the Punjabi and Sikh community? The fact that I am here speaks of our relationship with the Sikh community. I am new to Chicago, and I have Lati Multani ji invited me with a lot of affection and respect, and I look forward to working with this vibrant Sikh American community in US. I'm looking forward to working with them, and we have excellent relationship with them, and I have no doubt that with their support and cooperation we will take India US partnership to new levels. Thank you very much, Mr. Sudharkar. Thank you very much. Nice to meet you. Thank you very much. Thank you. Dosto, Nagar Kirtan jehda hai oh bilkul shuru hon ja reha panj pyareyan di agwai de vich jehda Guru Granth Sahib ji da swarup hai oh
फ्लोट के उत्ते सजा दिता गया और बकायदा तौर के उत्ते नगर कीर्तन ऑलमोस्ट जिहड़ा है वह शुरू हो गया, जिसनू असी तुहानू पूरे दे पूर्ण रूप दे विच सारे गुरुद्वारियां दे बच्चे किस ढंग नाल सिमरन करदे जिहड़े ने वह जांदे ने। सब तो पहला जिहड़ा है संत बाबा प्रेम सिंह जी सोसाइटी ऑफ इंडियाना और गुरु नानक सिख गुरद्वारा मस्कीगन और इस तरह वख-वख गुरु घरां दे जिहड़े फ्लोट ने वह तुहानू बारी बारी असी दिखाउंदे जावांगे। तो उस तो बाद ये नगर कीर्तन मुड़ जिहड़ा है पार्क दे विच ही आ के संपन्न होएगा। इस परेड इस नगर कीर्तन की खूबसूरती है कि रस्ते दे विच लंगर जां रस्तियां दे विच कोई भी खलारा जिहड़ा है वह इस नगर कीर्तन दे विच नहीं हुंदा और विशेष तौर दे उत्ते बहुत साफ सफाई डिसिप्लिन और समा सूचीबद्ध दे नाल ये नगर कीर्तन जिहड़ा है वह चलता है। सो आओ लै चलते हैं तुहानू नगर कीर्तन दे परपक दर्शां वल। अज तक दुनिया के लोग आरिया लकड़ा पाड़न वास्ते कटन वास्ते वरतते रहे ने, पर जालम सरकार ने एक गुरु के सिख के शीस के उत्ते आरा चला के उसनू तुफाड़ कर दिता है। सतगुरु सच्चे पातशाह ਜਿਹੜੀਆਂ ਦੇਗਾਂ ਨੇ ਇਹ ਦਾਲਾਂ ਸਬਜ਼ੀਆਂ ਬਣਾਉਣ ਦੇ ਕੰਮ ਆਉਂਦੀਆਂ ਸੀ, ਪਰ ਅੱਜ ਜ਼ਾਲਮਾਂ ਨੇ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ, ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਬੰਨ ਕੇ ਤੇਲ ਪਾ ਕੇ ਅੱਗ ਲਾ ਕੇ ਜਿਉਂਦਾ ਸਾੜ ਦਿੱਤਾ ਗਿਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਦੀ ਸ਼ਹਾਦਤ ਬਾਰੇ ਸੁਣਿਆ, ਜ਼ਿੰਦਗੀ ਦੇ 24 ਸਾਲ ਸੋਚਦੇ ਰਹੇ ਤੇ ਆਉਂਦੇ ਆ ਜੇ ਅਸੀਂ ਕੋਈ ਵੀ ਕੰਮ ਕਰਨਾ ਹੋਵੇ ਨਾ ਅਸੀਂ ਬੜੀ ਤੇਜ਼ੀ ਦੇ ਨਾਲ ਬੜੀ ਕਾਹਲੀ ਦੇ ਨਾਲ ਕਰਦੇ ਹਾਂ, ਪਰ ਗੋਬਿੰਦ ਰਾਏ ਗੁਰੂ ਕਲਗੀ ਧਰ ਦਸਮੇਸ਼ ਪਿਤਾ ਇਸ ਕਾਰਜ ਨੂੰ ਕਰਨ ਵਾਸਤੇ 24 ਸਾਲ ਸੋਚਦੇ ਰਹੇ। ਕਦੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰਾ ਤਿੱਥੇ ਲਿਹੋ ਉਭਾਰ। ਆਪ ਦੁਨੀਆਂ ਦੇ ਦੁੱਖ ਲੋਕਾਂ ਦੇ ਦੁੱਖ ਕੱਟਦੇ ਰਹੇ ਤੇ ਰੱਬ ਨੂੰ ਵੀ ਕਹਿੰਦੇ ਰਹੇ ਦੁੱਖ ਕੱਟਣ ਵਾਸਤੇ। ਜ਼ਿੰਦਗੀ ਦੇ 24 ਸਾਲ ਸੋਚਣ ਤੋਂ ਬਾਅਦ ਇਹ ਜ਼ਾਲਮਾਂ ਨੂੰ ਨੱਥ ਪਾਉਣ ਦੀ ਸਕੀਮ ਮੇਰੇ ਪਾਤਸ਼ਾਹ ਦੇ ਦਿਮਾਗ ਦੇ ਵਿੱਚ ਆਈ ਹੈ। ਇਹਨਾਂ ਮਜ਼ਲੂਮਾਂ ਦੀ ਕਿਵੇਂ ਰੱਖਿਆ ਕੀਤੀ ਜਾਵੇ, ਇਹਨਾਂ ਲੋਕਾਂ ਦੇ ਹੱਥ ਦੇ ਵਿੱਚ ਤਲਵਾਰ ਕਿਵੇਂ ਦਿੱਤੀ ਜਾਵੇ, ਆਪਣੀ ਰਾਖੀ ਆਪ ਕਿਵੇਂ ਕਰਨਗੇ, ਹਜ਼ੂਰ ਨੇ 24 ਸਾਲ ਸੋਚਿਆ। ਪਰ ਦੂਸਰੇ ਪਾਸੇ ਸਰਕਾਰ ਤਸ਼ੱਦਦ ਤੇ ਤਸ਼ੱਦਦ ਕਰ ਰਹੀ ਸੀ। ਕਵੀ ਕਹਿੰਦਾ ਜੇਕਰ ਹੱਸਦੇ ਫੁੱਲ ਨਹੀਂ ਵੇਖ ਸਕਦਾ ਤੇ ਕਲੀਆਂ ਤੋੜ ਕੇ ਰੇਤ ਰਲਾਇਆ ਨਾ ਕਰ, ਓਏ
ਜੇ ਨਹੀਂ ਕਬਜ਼ੇ ਜੰਦਰੇ ਤੋੜ ਸਕਦਾ ਤੇ ਰੂਹਾਂ ਭੋਲੀਆਂ ਪਿੰਜਰੇ ਪਾਇਆ ਨਾ ਕਰ ਜੇ ਨਹੀਂ ਕੋਲੋਂ ਗਰੀਬ ਨੂੰ ਦੇਣ ਜੋਗਾ ਤੇ ਹੱਕ ਕਿਸੇ ਦਾ ਖੋ ਕੇ ਖਾਇਆ ਨਾ ਕਰ ਉਹ ਜੇ ਨਹੀਂ ਕਿਸੇ ਦੇ ਝਗੜੇ ਨਵੇੜ ਸਕਦਾ ਤਾਂ ਫਿਰ ਸੁੱਤੀਆਂ ਕਲਾਂ ਜਗਾਇਆ ਨਾ ਕਰ ਅੱਜ ਮੇਰੇ ਗੁਰੂ ਕਲਗੀ ਧਰਤ ਸਮੇਸ਼ ਪਿਤਾ ਨੇ ਲੈਟਰ ਚਿੱਠੀਆਂ ਲਿਖ ਦਿੱਤੀਆਂ ਪੱਤਰ ਲਿਖ ਦਿੱਤੇ ਔਰ ਇਹਨਾਂ ਚਿੱਠੀਆਂ ਦੇ ਉੱਤੇ ਲਿਖਿਆ ਕਿ ਆਹ 1699 ਦੀ ਜਿਹੜੀ ਵਿਸਾਖੀ ਮਨਾਈ ਜਾਏਗੀ ਇਹ ਵਿਸਾਖੀ ਦੁਨੀਆ ਦੇ ਅੰਦਰ ਇੱਕ ਮਿਸਾਲ ਹੋਵੇਗੀ ਅੱਜ ਮੇਰਾ ਸੱਦਾ ਹੈ ਗੁਰੂ ਕਲਗੀ ਧਰਤ ਸਮੇਸ਼ ਪਿਤਾ ਨੇ ਚਿੱਠੀਆਂ ਦੇ ਉੱਤੇ ਸਿਗਨੇਚਰ ਕੀਤੇ ਦਸਖਤ ਕੀਤੇ ਮੇਰੇ ਪਾਤਸ਼ਾਹ ਦਾ ਹੁਕਮ ਪਾ ਕੇ ਜਿੱਥੇ ਜਿੱਥੇ ਵੀ ਗੁਰੂ ਕੀ ਸੰਗਤ ਨੇ ਗੁਰੂ ਪਾਤਸ਼ਾਹ ਦੀ ਚਿੱਠੀ ਪੜ੍ਹੀ ਮੈਸੇਜ ਸੁਣਿਆ ਸੁਨੇਹਾ ਸੁਣਿਆ ਵਾਹੋ ਦਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚ ਗਏ ਨੇ ਇਤਿਹਾਸ ਕਹਿੰਦਾ ਹੈ ਉਸ ਸਮੇਂ ਦੇ ਵਿੱਚ 80,000 ਦਾ ਇਕੱਠ ਹੋ ਗਿਆ ਹੁਣ ਆਸਾ ਦੀ ਵਾਰ ਦਾ ਕੀਰਤਨ ਹੋਇਆ ਮੇਰੇ ਸਤਿਗੁਰੂ ਸਰੀਰ ਤੇ ਨਹੀਂ ਆਏ ਪਾਣੀ ਦਾ ਨਿਤਰੇਮ ਹੋਇਆ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਟੇਜ ਉੱਤੇ ਨਹੀਂ ਆਏ ਤੁਹਾਡੀਆਂ ਨੇ ਪੰਡਾਲ ਨੂੰ ਗੂੰਜਾਇਆ ਢਾਡਾਂ ਵਾਰਾਂ ਦੇ ਨਾਲ ਔਰ ਸਾਹਮਣੇ ਤੰਬੂ ਦਾ ਪੱਲਾ ਹਿਲਿਆ ਰਮਾ ਰਮੀ ਮੇਰੇ ਪਾਤਸ਼ਾਹ ਸਟੇਜ ਦੇ ਉੱਤੇ ਆਏ ਨੇ ਕਹਿੰਦੇ 1756 ਸੀ ਵਿਸਾਖੀ ਦਿਨ ਕੇਸਗੜ੍ਹ ਤੋਂ ਤਲਵਾਰ ਕਿਹਾ ਪਿਆਰਿਆਂ ਦੀ ਲੋੜ ਹੈ ਬਈ ਵਾਹ ਜਿਹਨਾਂ ਦੀ ਜ਼ਿੰਦਗੀ 'ਚ ਸਦਾ ਹੀ ਹਨੇਰਾ ਰਿਹਾ ਉਹਨਾਂ ਨੂੰ ਵੀ ਚਾਨਣ ਮਨਾਰਿਆਂ ਦੀ ਲੋੜ ਹੈ ਸੁੱਤੇ ਰਹਿਣਾ ਦੱਸੋ ਹਾਂ ਕਿੰਨਾ ਚਿਰ ਕੁੱਲੀ ਵਿੱਚ ਉੱਠੋ ਨਾਗੋ ਯਾਰਿਓ ਫੰਕਾਰਿਆਂ ਦੀ ਲੋੜ ਹੈ ਕਿਆ ਬਾਤ ਆ ਜਿਵੇਂ ਸਰਕਾਰ ਸਾਡੀ ਕਦੇ ਸਾਨੂੰ ਆਖਦੀ ਸੀ ਆਓ ਅੱਜ ਮੈਨੂੰ ਤੁਹਾਡੇ ਸਾਰਿਆਂ ਦੀ ਲੋੜ ਹੈ ਹਰੀ ਭਾਵੇਂ ਇੱਥੇ ਕੋਈ ਜੈ ਹਿੰਦ ਆਖੀ ਜਾਵੇ ਨੇ ਫਤਿਹ ਲਦਾਖ 'ਚ ਜੈਕਾਰਿਆਂ ਦੀ ਲੋੜ ਹੈ ਮੇਰੀ ਬਾਜਾਂ ਵਾਲੇ ਤਾਜਾਂ ਵਾਲੇ ਪ੍ਰਮਾ ਨਵੀਂ ਸਟੇਜ ਦੇ ਉੱਤੇ ਆਏ ਸੰਗਤਾਂ ਨੇ ਮੇਰੇ ਪਾਤਸ਼ਾਹ ਦੇ ਦਰਸ਼ਨ ਦੇ ਤਾਰੇ ਕੀਤੇ ਨੇ ਨਰਾਨੀ ਚਿਹਰਾ ਮੱਥੇ ਦੇ ਉੱਤੇ 7 ਉੜੀਆਂ ਹੱਥ ਦੇ ਵਿੱਚ ਬਿਜਲੀ ਦੀ ਲਾਟ ਵਾਂਗੂ ਚਮਕਦੀ 3.5 ਫੁੱਟ ਦੀ ਸ਼ਮਸ਼ੀਰ
ਕਲਗੀ ਧਰ ਦਸ਼ਮੇਸ਼ ਪਿਤਾ ਨੰਗੀ ਤਲਵਾਰ ਲੈ ਕੇ ਸਟੇਜ ਦੇ ਉੱਤੇ ਆਏ ਨੇ। ਹਜ਼ੂਰ ਨੇ ਆਖਿਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਦੁਨੀਆਂ ਦੇ ਲੋਕ ਮੰਗਾਂ ਮੰਗਦੇ ਰਹੇ ਤੇ ਸਾਡੇ ਵੱਡੇ ਮੰਗਾਂ ਤੁਹਾਡੀਆਂ ਝੋਲੀਆਂ ਵਿੱਚ ਪਾਉਂਦੇ ਰਹੇ। ਗੁਰੂ ਨਾਨਕ ਨਾਮ ਲੇਵਾ ਗੁਰੂ ਸੰਗਤ ਜੀ, ਅੱਜ ਤੁਹਾਡੇ ਕੋਲੋਂ ਮੈਂ ਕੁਝ ਮੰਗਣਾ ਚਾਹੁੰਦਾ, ਧਿਆਨ ਦੇ ਆ ਜੀ। ਸਾਰੀ 80,000 ਸੰਗਤ ਨੇ ਜੈਕਾਰੇ ਛੱਡੇ, ਦੋਵੇਂ ਦੋਵੇਂ ਬਾਹਾਂ ਤਾਂ ਕਰਕੇ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਇੱਕ ਵਾਰੀ ਮੰਗ ਕੇ ਤੇ ਵੇਖੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਮੇਰੇ ਨਾਲ ਝੂਠਾ ਪਿਆਰ ਕਰਦੇ ਹੋ, ਸੱਚਾ ਪਿਆਰ ਨਹੀਂ ਕਰਦੇ। ਫਿਰ ਜੈਕਾਰੇ ਛੱਡੇ, ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਤਨ ਤੋਂ ਨਹੀਂ ਮਨ ਤੋਂ ਪਿਆਰ ਕਰਦੇ, ਆਤਮਾ ਤੋਂ ਪਿਆਰ ਕਰਦੇ ਆ। ਮੇਰੇ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰਖ ਲੈਂਦੇ ਆ, ਜੋ ਮੰਗਾਂਗਾ ਦਿਓਗੇ? ਜੈਕਾਰੇ ਵਾਲਿਆਂ ਜੈਕਾਰੇ ਛੱਡੇ, ਸਾਰੀ ਸੰਗਤ ਨੇ ਦੋਵੇਂ ਹੱਥ ਤੰਗ ਕਰ ਕਰਕੇ ਆਖਿਆ, ਬਾਜਾਂ ਵਾਲਿਆ ਜੋ ਮੰਗੇਗਾ ਦੇ ਦਿਆਂਗੇ। ਮੇਰੇ ਹਜ਼ੂਰ ਕਹਿਣ ਲੱਗੇ, ਆ ਮੇਰੀ 3.5 ਫੁੱਟ ਦੀ ਤਲਵਾਰ ਖੂਨ ਦੀ ਪਿਆਸੀ ਆ, ਮੈਨੂੰ ਇੱਕ ਸਿਰ ਚਾਹੀਦਾ, ਇੱਕ ਸਿਰ। ਜਦੋਂ ਸਿਰ ਮੰਗਿਆ ਨਾ, 80,000 ਦੇ ਇਕੱਠ ਨੇ ਆਪਣੇ ਸਿਰ ਗੋਡਿਆਂ ਵਿੱਚ ਦੇ ਲਏ। ਸਤਿਗੁਰੂ ਸੱਚੇ ਪਾਤਸ਼ਾਹ ਵੱਲ ਕੋਈ ਉੱਠ ਕੇ ਵਹਿੰਦਾ ਵੀ ਨਹੀਂ, ਵਹਿੰਦਾ ਵੀ ਨਹੀਂ। ਮੇਰੇ ਬਾਜਾਂ ਵਾਲੇ ਪਾਤਸ਼ਾਹ ਕਹਿਣ ਲੱਗੇ, ਬਸ ਆਹ ਸੀ ਤੁਹਾਡਾ ਪਿਆਰ, ਮੈਨੂੰ ਅੱਜ ਇੱਕ ਸਿਰ ਦੀ ਲੋੜ ਹੈ, ਕੋਈ ਸੂਰਮਾ ਉੱਠੋ ਜੋ ਆਪਣੇ ਤਨ ਦਾ, ਆਪਣੇ ਸਿਰ ਦਾ ਬਲੀਦਾਨ ਦੇਵੇ। ਕੋਈ ਨਹੀਂ ਉੱਠਿਆ। ਤੀਸਰੀ ਵਾਰੀ ਫੇਰ ਮੇਰੇ ਹਜ਼ੂਰ ਨੇ ਸਟੇਜ ਉੱਤੋਂ ਇੱਕ ਗੱਲ ਆਖੀ, ਤੇ ਇੱਕ ਮਨੁੱਖ ਉੱਠਿਆ, ਸਭ ਤੋਂ ਪਹਿਲਾਂ ਗੁਰੂ ਕਾ ਪਿਆਰਾ ਜਿਹਦਾ ਨਾਂ ਇਤਿਹਾਸ ਦੇ ਅੰਦਰ ਆਇਆ, ਭਾਈ ਦਇਆ ਰਾਮ। ਇਹ ਲਾਹੌਰ ਤੋਂ ਆਇਆ ਸੀ, ਇਹ ਜਾਤ ਦਾ ਖੱਤਰੀ ਹੈ। ਇਹਦੇ ਪਿਤਾ ਸਿੱਧੂ ਤੇ ਮਾਤਾ ਦਿਆਲੋ ਨੇ ਬੜੇ ਚਾਵਾਂ ਤੇ ਸਦਰਾਂ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ, ਜੋ 1726 ਬਿਕਰਮੀ ਦੇ ਅੰਦਰ ਲਾਹੌਰ ਦੀ ਧਰਤੀ ਉੱਤੇ ਪੈਦਾ ਹੋਇਆ ਸੀ। ਵਾਹੋ ਦਾ ਤੁਰਿਆ, ਮੇਰੇ ਬਾਜਾਂ ਵਾਲੇ ਪਾਤਸ਼ਾਹ ਦੇ ਸਾਹਮਣੇ ਆ ਕੇ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ, ਮੌਤ ਵੋ ਹੈ ਜਿਸ ਕਾ ਜ਼ਮਾਨਾ ਅਫਸੋਸ ਕਰੇ, ਜੋ ਤੋ ਆਤੇ ਹੈ ਦੁਨੀਆ ਮੇ ਸਭੀ ਮਰਨੇ ਕੇ ਲੀਏ, ਚਲਾ ਜਾਊਂਗਾ ਜਬ ਮੈਂ ਇਸ ਜ਼ਮਾਨੇ ਕੋ ਛੋੜ ਕਰ, ਓਏ ਵਫਾਏ ਯਾਦ ਆਏਗੀ ਮੇਰੀ ਇਸ ਜ਼ਮਾਨੇ ਕੋ, ਮੇਰਾ ਸਿਰ ਵੱਢ ਕੇ ਦੇਸ਼ ਕੌਮ ਦੇ ਲੇਖੇ ਲਾ ਦਿਓ। ਵਾਹ ਜੀ ਵਾਹ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਦਇਆ ਰਾਮ, ਤੇ ਆਇਆ ਕਿੱਥੋਂ ਹੈ? ਹਜ਼ੂਰ ਮੈਂ ਲਾਹੌਰ ਦੀ ਧਰਤੀ ਤੋਂ ਚੱਲ ਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਲਾਹੌਰ ਦੀ ਧਰਤੀ ਨਿਰਦਈ ਧਰਤੀ, ਜਿਸ ਧਰਤੀ ਦੇ ਉੱਤੇ ਮੇਰੇ ਪੰਜਾਂ ਪਿਆਰਿਆਂ, ਚੌਹ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਵ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ, ਚਰਖਣੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਨਾਲ ਨਿਭਾਈ, ਇਤਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ,
ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਬੁੱਧ ਦਾਨ, ਵਿਸਾਹ ਦਾਨ, ਭਰੋਸਾ ਦਾਨ, ਵਿਵੇਕ ਦਾਨ, ਰਹਿਤ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦੇ ਰਾਖੇ, ਹੇ ਅਕਾਲ ਪੁਰਖ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੀ ਸੇਵਾ ਸੰਭਾਲ, ਖੁੱਲ੍ਹੇ ਦਰਸ਼ਨਦਾਰਿਆਂ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀਓ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਗੁਰੂ ਖਾਲਸਾ ਜੀ ਦੇ ਪ੍ਰਕਾਸ਼ ਦਿਨਾਂ ਨੂੰ ਮੁੱਖ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜੋ ਨਗਰ ਕੀਰਤਨ ਪ੍ਰਾਰੰਭ ਕੀਤੇ ਸਨ, ਬੜੀ ਨਿਰਵਿਘਨਤਾ ਸਹਿਤ ਸਤਿਗੁਰੂ ਜੀਓ ਸੰਪੂਰਨਤਾ ਹੋਈ ਹੈ। ਆਪ ਜੀ ਨੇ ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਰਬੱਤ ਦੇ ਕਾਰਜ ਰਾਸ ਕਰਨੇ, ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰੂ ਪੰਥ ਨੂੰ, ਖਬਰ ਖਾਲਸਾ ਜੀ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸੁੱਖ ਵਰਤਾਉਣੀ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਜਿੱਥੇ ਤੁਸੀਂ ਦੇਖਿਆ ਕਿ ਕਿੰਨੇ ਡਿਸਿਪਲਨ ਦੇ ਨਾਲ ਔਰ ਕਿੰਨੇ ਆਰਗੇਨਾਈਜ਼ ਢੰਗ ਦੇ ਨਾਲ ਅਮਰੀਕਾ ਦੀ ਇਸ ਸੈਂਥਵੀ ਸਟੇਟ ਮਿਸ਼ੀਗਨ ਦੇ ਲੈਂਸਿੰਗ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਪਰੇਡ ਵਾਪਸ ਪਰਤ ਕੇ ਇੱਥੇ ਆਈ ਹੈ, ਔਰ ਇਹ ਇੱਕ ਵਿਲੱਖਣ ਢੰਗ ਦਾ ਪ੍ਰੋਗਰਾਮ ਹਮੇਸ਼ਾ ਹਰ ਸਾਲ ਹੁੰਦਾ, ਜਿੱਥੇ ਮੈਂ ਸਮਝਾਂਗਾ ਕਿ ਪੂਰੇ ਮਿਡਵੈਸਟ ਦੇ ਵਿੱਚੋਂ ਸਾਧ ਸੰਗਤ ਜਿਹੜੀ ਆ ਉਹ ਪਹੁੰਚ ਕੇ ਜਿੱਥੇ ਇੱਕ ਧਾਰਮਿਕ ਮਰਿਆਦਾ ਅਨੁਸਾਰ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ ਸਮਝਾਂਗਾ ਕਿ ਪਰੇਡ ਦੇ ਵਿੱਚ ਸ਼ਾਮਿਲ ਹੁੰਦੀ ਹੈ, ਔਰ ਉੱਥੇ ਵੱਖ ਵੱਖ ਕਿਸਮਾਂ ਦੇ ਜਿਹੜੇ ਫੂਡ ਦੇ ਸਟਾਲ ਹੈ ਉਹ ਇੱਕ ਜਗ੍ਹਾ ਦੇ ਉੱਤੇ ਲਾਏ ਜਾਂਦੇ ਨੇ, ਔਰ ਸੰਗਤ ਪਹਿਲਾਂ ਵੀ ਉੱਥੋਂ ਛਕਦੀ ਹੈ ਔਰ ਉਸ ਤੋਂ ਬਾਅਦ ਆ ਕੇ ਲੰਗਰ ਜਿਹੜਾ ਹੈ ਉਹ ਇਸੇ ਜਗ੍ਹਾ ਦੇ ਉੱਤੇ ਛਕਦੀ ਹੈ, ਅਤੇ ਨਾਲ ਨਾਲ ਚਾਹੇ ਮੌਸਮ ਕਿਸੇ ਵੀ ਤਰ੍ਹਾਂ ਦਾ ਹੋਵੇ ਅਮੀਰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਸਾਫ ਸੁਥਰੇ ਗਾਇਕੀ ਦੇ ਅਖਾੜੇ ਜਿਹੜੇ ਨੇ ਉਹ ਇਸ ਪਰੇਡ ਤੋਂ ਬਾਅਦ ਜਿਹੜਾ ਧਾਰਮਿਕ ਕੌਜ਼ ਹੋਣ ਤੋਂ ਬਾਅਦ ਸੱਭਿਆਚਾਰਕ ਵਿਰਾਸਤ ਜਿਹੜੀ ਹੈ ਉਸ ਦੇ ਰੂਬਰੂ ਕੀਤਾ ਜਾਂਦਾ। ਸੋ ਮੈਂ ਸਮਝਾਂਗਾ ਕਿ ਬੋਂਬੇ ਫਿਲਮ ਵਾਲੇ ਜਿਹੜੇ ਨੇ ਉਹ ਅਕਸਰ ਇਸ ਦੀਆਂ ਯਾਦਾਂ ਨੂੰ ਆਪਣੀ ਕੈਮਰਿਆਂ ਦੇ ਵਿੱਚ ਸਮੇਟਦੇ ਨੇ, ਔਰ ਸ਼ਰਧਾ ਪੂਰਵਕ ਮੈਂ ਸਮਝਾਂਗਾ ਕਿ ਇਸ ਪਰੇਡ ਦੇ ਨਾਲ ਲੱਗੇ ਹੋਏ ਨੇ। ਮੈਂ ਬਾਓ ਜੀ ਉਹਨਾਂ ਨੂੰ ਕਹਾਂਗਾ ਕਿ ਕੁਛ ਲਫ਼ਜ਼ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰਨ। ਇਸ ਵਕਤ ਅਸੀਂ ਵੀ ਬਿਲਡ ਆ ਲੈਂਸਿੰਗ ਗੁਰਦੁਆਰਾ .org ਵੈਬਸਾਈਟ, ਜਿੰਨੀ ਵੀਡੀਓ ਬਣਦੀ ਹੈ ਅਸੀਂ ਬਣਾਈ ਜਿਹੜੇ ਕੈਮਰੇ ਨਾਲ, ਉਹ ਸਾਰੀ ਉੱਥੇ ਨੈਕਸਟ ਵੀਕ ਅਪੀਅਰ ਹੋ ਜਾਏਗੀ। ਸਾਰੀ ਸੰਗਤਾਂ ਨੂੰ ਇਹ ਰਿਕੁਐਸਟ ਹੈਗੀ ਹੈ ਆਪਣੇ ਨਾਂ ਰਜਿਸਟਰ ਕਰਵਾਉਣ, ਅਤੇ ਅਸੀਂ ਉਹਨੂੰ ਸਾਰਿਆਂ ਨੂੰ ਤੁਹਾਡੀ ਤੁਹਾਡੀ ਫੋਟੋਆਂ ਮੇਲ ਕਰ ਸਕੀਏ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਦੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਔਰ ਮੈਂ ਸਮਝਾਂਗਾ ਕਿ ਸਾਰੇ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਸੇਵਾ ਕਰਦੇ ਨੇ,
ਹੁਣ ਸੰਗਤਾਂ ਨੇ ਇਸ ਪਾਰਕ ਦੇ ਵਿੱਚ ਬੈਠਣਾ ਹੈ, ਲੰਗਰ ਵਗੈਰਾ ਛਕਣਾ ਹੈ, ਔਰ ਉਸ ਤੋਂ ਬਾਅਦ ਸਟੇਜ ਦੀ ਜਿਹੜੀ ਰਸਮੀ ਕਾਰਵਾਈ ਤੋਂ ਬਾਅਦ ਸੱਭਿਆਚਾਰਕ ਸਮਾਗਮ ਜਿਹੜਾ ਉਸ ਦਾ ਆਨੰਦ ਮਾਣਨਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਨੇ। ਅਸੀਂ ਤੁਹਾਨੂੰ ਫਿਰ ਇੱਕ ਬ੍ਰੇਕ ਤੋਂ ਬਾਅਦ ਇਸ ਨਗਰ ਕੀਰਤਨ ਤੋਂ ਬਾਅਦ ਇਸ ਕਮਿਊਨਿਟੀ ਦੇ ਦੂਸਰੇ ਸੱਭਿਆਚਾਰਕ ਅਤੇ ਵਿਰਾਸਤੀ ਰੰਗ ਵੱਲ ਲੈ ਕੇ ਚੱਲਾਂਗੇ। ਇੱਥੇ ਇੱਕ ਸਾਨੂੰ ਦਿਓ ਛੋਟਾ ਜਿਹਾ ਬ੍ਰੇਕ। ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਇਸ ਮੇਲੇ ਦੇ, ਇਸ ਨਗਰ ਕੀਰਤਨ ਦੇ ਹੋਰ ਵੀ ਰੰਗ ਨੇ। ਅੱਜ ਜਿੱਥੇ ਬਹੁਤ ਖੂਬਸੂਰਤ ਸਟਾਲ ਲੱਗੇ ਹੋਏ ਨੇ, ਉੱਥੇ ਕਮਿਊਨਿਟੀ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਤਰੀਕੇ ਨੇ ਕਮਿਊਨਿਟੀ ਦਾ ਕੰਮ ਕਰਨ ਦੇ। ਅੱਜ ਇਸ ਲੈਂਸਿੰਗ ਸਿੱਖ ਡੇ ਪਰੇਡ ਤੋਂ ਮੀਨਾ ਬਾਜ਼ਾਰ, ਜਿਹੜਾ ਕਿ ਮੀਨਾ ਜਿਊਲਰਸ ਬਹੁਤ ਹੀ ਫੇਮਸ ਸ਼ਿਕਾਗੋ ਦੀ ਜਿਹੜੀ ਕੰਪਨੀ ਹੈ, ਉਹਨਾਂ ਨੇ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਿਲੀਜੀਅਸ ਪ੍ਰੋਗਰਾਮ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਔਰ ਅੱਜ ਇੱਕ ਤੋਲੇ ਦੀ ਜਿਹੜੀ 10 ਗ੍ਰਾਮ ਦੀ ਸੋਨੇ ਦੀ ਚੈਨੀ ਕੱਢੀ ਜਾਣੀ ਹੈ, ਔਰ ਇਹ ਟਿਕਟਸ ਹੈ, ਔਰ ਇਹ ਟਿਕਟਸ ਦੇ ਪੈਸੇ ਮੀਨਾ ਬਾਜ਼ਾਰ ਵਾਲੇ ਰਾਹੁਲ ਹੋਰੀ ਮੇਰੇ ਨਾਲ ਨੇ, ਇਹ ਘਰ ਨੂੰ ਨਹੀਂ ਲੈ ਕੇ ਜਾ ਰਹੇ। ਜਿੰਨੇ ਪੈਸੇ, ਜਿੰਨੇ $2 ਦੀ ਟਿਕਟ ਸੇਲ ਹੋਏਗੀ, ਉਹ ਜਿਹੜਾ ਗੁਰੂ ਨਾਨਕ ਸਿੱਖ ਸੈਂਟਰ ਜਿਹੜਾ ਗੁਰਦੁਆਰਾ ਬਣ ਰਿਹਾ, ਉਸ ਦੇ ਸਮੁੱਚੇ ਪੈਸੇ ਗੁਰੂ ਘਰ ਨੂੰ ਡੋਨੇਟ ਕੀਤੇ ਜਾਣੇ ਨੇ, ਔਰ ਆਪਣੇ ਕੋਲੋਂ ਜਿਹੜੀ ਹੈ ਇੱਕ 10 ਗ੍ਰਾਮ ਦੀ ਸੋਨੇ ਦੀ ਚੇਨ ਜਿਹੜੀ ਦਿੱਤੀ ਜਾਣੀ ਹੈ। ਔਰ ਨਾਲ ਦੀ ਨਾਲ ਇਹਨਾਂ ਨੇ ਕੁਝ ਹੋਰ ਵੀ ਐਲਾਨ ਕੀਤਾ, ਉਹ ਇਹ ਆਪਣੀ ਜ਼ਬਾਨੀ ਦੱਸਣਗੇ ਕਿ ਜਿੰਨਾ ਵੀ ਸੋਨਾ ਜਿਹੜਾ ਹੈ ਉਹ ਲੋਕ ਲੈਣਗੇ, ਉਹਦਾ 1% ਜਿਹੜਾ ਹੈ ਜੋ ਇਹ ਪ੍ਰੋਫਿਟ ਲੈਣਗੇ ਉਹ ਕਿਸੇ ਗੁਰੂ ਘਰ ਨੂੰ ਜਾਏਗਾ। ਪਰ ਮੈਂ ਸਮਝਾਂਗਾ ਕਿ ਬਹੁਤ ਹੀ ਇਹ ਅੱਛਾ ਕੌਜ਼ ਹੈ ਮੀਨਾ ਬਾਜ਼ਾਰ, ਮੀਨਾ ਜਿਊਲਰ ਵਾਲਿਆਂ ਦਾ। ਸੋ ਰਾਹੁਲ ਜੀ ਕੀ ਕਹੋਗੇ ਇਸ ਮੌਕੇ 'ਤੇ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਇਹ ਅਸੀਂ ਪੂਰੀ ਫੈਮਿਲੀ ਨੇ ਸੋਚ ਕੇ ਕੀਤਾ ਸੀ ਕਿ ਕਮਿਊਨਿਟੀ ਦੀ ਕਿਹੜੇ ਪਾਸੇ ਹੈਲਪ ਕੀਤੀ ਜਾਵੇ, ਜੋ ਸਾਡਾ ਮੇਨ ਸਟੋਰ ਆ ਰੀਗਲ ਜੂਲ ਸ਼ਿਕਾਗੋ ਆ, ਅਤੇ ਮੇਰਾ ਨਾਂ ਰਾਜਵੀਰ ਸਿੰਘ ਰਾਹੁਲ, ਮੈਨੂੰ ਜ਼ਿਆਦਾਤਰ ਰਾਹੁਲ ਨਾਲ ਜਾਣਦੇ ਨੇ। ਸਾਡਾ ਮਕਸਦ ਇਹ ਹੈ ਕਿ ਬੱਚਿਆਂ ਲਈ ਕੁਛ ਨਾ ਕੁਛ ਨਵਾਂ ਹੋਵੇ, ਕਮਿਊਨਿਟੀ ਲਈ ਨਵਾਂ ਹੋਵੇ, ਕਮਿਊਨਿਟੀ ਨੂੰ ਜੋੜਿਆ ਜਾਵੇ, ਵਧਾਇਆ ਜਾਵੇ। ਅਤੇ ਇਹ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਜੋ ਸਾਡੇ ਕਲਚਰਲ ਪ੍ਰੋਗਰਾਮ ਹੋਣਗੇ ਅਸੀਂ ਉਹਨਾਂ 'ਚ ਜਾ ਕੇ ਤੁਹਾਨੂੰ ਰੈਫਲ ਹੋਣਗੇ, ਰੈਫਲ ਦੇ ਵਿੱਚ 10 ਗ੍ਰਾਮ ਦੀ ਚੇਨ ਕਿਸੇ ਦੇ ਵਿੱਚ, ਕਿਸੇ ਦੇ 'ਚ 1 ਔਂਸ, ਡਿਪੈਂਡ ਆਪਣਾ ਉਹਦਾ ਸਾਈਜ਼ ਕਿੰਨਾ ਆ ਇਵੈਂਟ ਦਾ, ਅਤੇ ਅਸੀਂ ਉਹ ਕਰਾਂਗੇ। ਦੂਜੀ ਜੋ 1% ਦਾ ਆ ਉਹ ਸਾਡਾ ਇਹ ਆ ਕਿ ਜੋ ਤੁਸੀਂ ਸਾਡੇ ਸਟੋਰ ਦੇ ਵਿੱਚ ਸਪੈਂਡ ਕਰਦੇ ਹੋ ਜੂਲਰੀ ਸਟੋਰ ਦੇ ਵਿੱਚ, ਕਿਉਂਕਿ ਸੋਨੀ ਦੀ ਦੁਕਾਨ ਆ ਤਾਂ ਅਮਾਊਂਟ ਵੱਡੀ ਹੋ ਜਾਂਦੀ ਆ, ਉਹਦਾ 1% ਤੁਹਾਨੂੰ ਤੁਹਾਡੇ ਕਹੇ ਹੋਏ ਗੁਰਦੁਆਰਾ ਸਾਹਿਬ ਲਈ ਅਸੀਂ ਡੋਨੇਟ ਕਰਾਂਗੇ। ਉਹ ਹਮੇਸ਼ਾ ਕਦੇ ਵੀ ਤੁਸੀਂ ਆ ਸਕਦੇ ਹੋ, ਕਦੇ ਵੀ ਸਾਨੂੰ ਦੱਸ ਸਕਦੇ ਹੋ ਕਿਸ ਗੁਰਦੁਆਰਾ ਸਾਹਿਬ ਨੂੰ ਤੁਸੀਂ ਬਿਲੋਂਗ ਕਰਦੇ ਹੋ, ਅਤੇ ਅਸੀਂ ਉਹਨੂੰ ਹੀ ਉਹ 1% ਡੋਨੇਟ ਕਰਾਂਗੇ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਹੁਮ ਆ ਕੇ ਆਓ, ਸਾਡੀ ਕਮਿਊਨਿਟੀ ਨੂੰ ਜੋ ਵਾਧਾ ਮਿਲੇ, ਬੱਚਿਆਂ ਨੂੰ ਉਹਦਾ ਬੈਨੀਫਿਟ ਮਿਲੇ, ਬੱਚਿਆਂ ਲਈ ਜੋ ਸਕੂਲ ਦੇ ਪੰਜਾਬੀ ਸਕੂਲ ਖੋਲ੍ਹ ਰਹੇ ਨੇ, ਸਭ ਹੋ ਰਹੇ ਨੇ, ਉਹਦੇ ਵਿੱਚ ਆਪਾਂ ਜੁੜੀਏ ਅਤੇ ਬੱਚਿਆਂ ਨੂੰ ਪੰਜਾਬੀ ਸਿਖਾਈਏ। ਵਾਹਿਗੁਰੂ। ਰਾਹੁਲ ਜੀ, ਅੱਜ ਮੈਂ ਤੁਹਾਡੇ ਕੋਲੋਂ ਵਾਅਦਾ ਲੈ ਕੇ ਜਾ ਰਿਹਾ, ਕਾਰਡ ਲੈ ਕੇ ਜਾ ਰਿਹਾ, ਅਤੇ ਮੀਨਾ ਬਾਜ਼ਾਰ ਦੀ ਜਿਹੜਾ ਪੰਜਾਬੀ ਬੋਲੀ ਦੀ, ਪੰਜਾਬੀ ਕਲਚਰ ਦੀ, ਪੰਜਾਬੀਆਂ ਦੀ ਸੇਵਾ ਕਰਦਾ ਜਸ ਪੰਜਾਬੀ, ਮੇਰਾ ਖਿਆਲ ਹੈ ਹੁਣ ਮੀਨਾ ਬਾਜ਼ਾਰ ਉੱਥੇ ਵੀ ਆਉਣਾ ਚਾਹੀਦਾ। ਦੇਖੋ ਜੀ, ਮੈਂ ਦੱਸਦਾ, ਮੈਂ ਆਪ ਕਰਦਾ, ਤੁਸੀਂ ਮੈਨੂੰ ਲੋਗੋ ਭੇਜ ਦਿਓ, ਹਰ ਪੋਸਟ ਕਾਰਡ ਦੇ ਉੱਤੇ ਮੈਂ ਜਸ ਪੰਜਾਬੀ ਦਾ ਪਹਿਲਾਂ ਹੀ ਛਾਪ ਦੂੰ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਕੋਲ ਇੱਧਰ ਸਿਸਟਰ ਮੌਰਗੇਜ ਦਾ ਵੀ ਬੂਥ ਲੱਗਾ ਹੋਇਆ ਹੈ, ਉਸ ਤੋਂ ਬਾਅਦ ਇੱਧਰ ਭੈਣਾਂ ਦੀ ਜਿਊਲਰੀ ਹੈ, ਬੜਾ ਅੱਛਾ। ਸਤਿ ਸ਼੍ਰੀ ਅਕਾਲ ਜੀ, ਇਹ ਬੜੀ ਖੂਬਸੂਰਤ ਜਿਊਲਰੀ ਹੈ ਜੀ, ਤੁਸੀਂ ਅੱਜ ਲਗਾਈ ਹੈ, ਤੁਸੀਂ ਹਰ ਸਾਲ ਇਹ ਜਿਊਲਰੀ ਲਗਾਉਂਦੇ ਹੋ? ਕਿੰਨਾ ਕੁ ਰਿਸਪੋਂਸ ਆਉਂਦਾ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਇਸ ਜਿਊਲਰੀ ਬਾਰੇ? ਬਹੁਤ ਅੱਛਾ ਰਿਸਪੋਂਸ, ਕਿਉਂਕਿ ਮੇਰੇ ਕੋਲ ਜੁਲਰੀ ਜਿਹੜੀ ਹੁੰਦੀ ਹੈ ਐਂਟੀਕ ਹੁੰਦੀ ਹੈ, ਔਰ ਸਾਰੀ ਪੰਜਾਬ ਤੋਂ ਹੁੰਦੀ ਹੈ, ਆਪਣਾ ਕਲਾਸਿਕ ਜੁਲਰੀ ਸਾਰੀ, ਅਤੇ ਬਹੁਤ ਅੱਛਾ ਰਿਸਪੋਂਸ ਮਿਲਦਾ ਹਰ ਵਾਰੀ। ਥੈਂਕ ਯੂ। ਅਤੇ ਕੀ ਭੈਣਾਂ ਦੇ ਸਮਾਨ ਦੇ ਨਾਲ ਨਾਲ ਕੋਈ ਬੰਦਿਆਂ ਦਾ ਵੀ ਸਮਾਨ ਲਗਾਉਂਦੇ ਹੋ? ਹਾਂਜੀ, ਟਰਬਨਸ ਹੁੰਦੀਆਂ ਨੇ ਮੇਰੇ ਕੋਲ, ਕੁੜਤੇ ਪਜਾਮੇਜ਼ ਹੁੰਦੇ ਆ, ਹਾਂਜੀ, ਬਾਕੀ ਪੰਜਾਬੀ ਸ਼ੂਜ਼ ਹੁੰਦੇ ਨੇ ਜੈਂਟਸ ਦੇ, ਕੜੇ ਵਗੈਰਾ ਹੁੰਦੇ ਨੇ ਮੇਰੇ ਕੋਲ, ਕੈਂਠੇ ਹੈਗੇ ਨੇ। ਹਾਂਜੀ, ਅਸੀਂ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਫਿਰ ਸ਼ਾਪਿੰਗ ਕਰਾਂਗੇ ਤੁਹਾਡੇ ਕੋਲ, ਠੀਕ ਹੈ ਜੀ? ਥੈਂਕ ਯੂ, ਥੈਂਕ ਯੂ ਦੋਸਤੋ। ਸੋ ਮੈਂ ਦਿਖਾਉਣਾ ਚਾਹਾਂਗਾ ਕਿ ਕਿਵੇਂ ਸੰਗਤ ਦਾ ਉਤਸ਼ਾਹ ਜਿਹੜਾ ਉਹ ਠਾਠਾ ਮਾਰਦਾ, ਔਰ ਬੈਠਾ ਲੰਗਰ ਛੱਕ ਕੇ ਪ੍ਰੋਗਰਾਮ ਜਿਹੜਾ ਹੈ ਇਹ ਸ਼ੁਰੂ ਹੋ ਜਾਏਗਾ, ਔਰ ਇਸੇ ਤਰ੍ਹਾਂ ਸਾਰੇ ਸਟਾਲ ਜਿਹੜੇ ਨੇ ਉਹ ਲੱਗੇ ਹੋਏ ਨੇ, ਔਰ ਇਹ ਵੀ ਇੱਕ ਪੰਜਾਬੀ ਸਟਾਲ ਹੈ, ਪੰਜਾਬੀ ਸਮਾਨ ਜਿਹੜਾ ਹੈ ਉਹ ਜ਼ਰੂਰ ਵਿਕਦਾ ਹੈ। ਭੈਣ ਜੀ, ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਆ ਰਹੇ ਹੋ?
ਇਹ ਮੇਰਾ ਫਰਸਟ ਈਅਰ ਹੈ ਵੈਸੇ ਮੈਂ ਬਿਜ਼ਨਸ 'ਚ 3 ਸਾਲ ਤੋਂ ਹਾਂ ਕਿਹੜੀ ਜਗ੍ਹਾ ਦੇ ਉੱਤੇ ਬਿਜ਼ਨਸ ਕਰਦੇ ਹੋ ਕੈਂਟਨ ਮਿਸ਼ੀਗਨ ਡਿਟਰੋਇਟ ਕੋਲ ਹਾਂਜੀ ਓਕੇ ਉੱਥੇ ਕੋਈ ਤੁਹਾਡੀ ਦੁਕਾਨ ਹੈ ਜਾਂ ਕੋਈ ਇਸ ਤਰ੍ਹਾਂ ਦਾ ਇਹ ਮੇਰਾ ਘਰ ਬੇਸ ਹੋਮ ਬੇਸ ਬਿਜ਼ਨਸ ਹੈ ਓਕੇ ਹਾਂਜੀ ਸੋ ਕਿਸ ਤਰ੍ਹਾਂ ਫੁਰਨਾ ਫੁਰਿਆ ਇਸ ਤਰ੍ਹਾਂ ਦਾ ਸਮਾਨ ਵੇਚਣ ਦਾ ਕਿ ਘਰੋਂ ਕਿੱਦਾਂ ਵੇਚਿਆ ਸ਼ੌਂਕ ਵਜੋਂ ਹੀ ਕੀਤਾ ਸੀਗਾ ਪਹਿਲਾਂ ਬਟ ਹੁਣ ਕਸਟਮਰਸ ਬੰਦੇ ਗਏ ਫਿਰ ਹੁਣ ਜ਼ਿਆਦਾ ਥੋੜਾ ਜਿਹਾ ਕਰ ਲਿਆ ਹਾਂਜੀ ਹੁਣ ਤੁਸੀਂ ਘਰ ਤਕਰੀਬਨ ਬਿਜ਼ੀ ਰਹਿੰਦੇ ਹੋ ਹਾਂਜੀ 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 ਸੋ ਇਹ ਕੀ ਕਲੈਕਸ਼ਨ ਕਿਸ ਚੀਜ਼ ਦੀ ਹੁੰਦੀ ਹੈ ਮੋਸਟਲੀ ਅਨਸਟਿਚ ਸੂਟਸ ਪੰਜਾਬੀ ਸੂਟਸ ਆਲ ਟਾਈਪ ਦੇ ਸਾੜੀਜ਼ ਵੀ ਰੱਖਦੇ ਹਾਂ ਕਸਟਮ ਆਰਡਰਸ ਮੋਸਟਲੀ ਮੈਂ ਕਰਦੀ ਹਾਂ ਜੁੱਤੀਆਂ ਪੰਜਾਬੀ ਆਪਣੇ ਪਟਿਆਲੇ ਦੀਆਂ ਜੂਲਰੀ ਸਭ ਕੁਛ ਹੀ ਰੱਖੀ ਦੀ ਆ ਫੁਲਕਾਰੀ ਵਗੈਰਾ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਦੇ ਇਸੇ ਤਰ੍ਹਾਂ ਫੂਡ ਸਟੋਰ ਜਿਹੜੇ ਨੇ ਉਹ ਬੜੇ ਵੱਡੇ ਪੱਧਰ ਦੇ ਉੱਤੇ ਮੈਂ ਸਮਝਾਂਗਾ ਕਿ ਲੱਗੇ ਹੋਏ ਨੇ ਇੱਥੇ ਔਰ ਹਰ ਤਰ੍ਹਾਂ ਦੇ ਸਟਾਲ ਜਿਹੜੇ ਨੇ ਤਸਵੀਰਾਂ ਦੀਆਂ ਵਾਹ ਜੀ ਵਾਹ ਪੰਡਿਤ ਜੀ ਸਾਨੂੰ ਮਿਲੇ ਨੇ ਪੰਡਿਤ ਜੀ ਜਿਹੜੇ ਕਿ ਇੱਥੇ ਮੰਦਿਰ ਦੇ ਪ੍ਰੀਸਟ ਨੇ ਔਰ ਮੈਂ ਇੱਥੇ ਭਾਈਚਾਰਕ ਸਾਂਝ ਦੀ ਗੱਲ ਦੱਸਦਾ ਹੈ ਕਿ ਜਿਹੜੀ ਇਹ ਨਗਰ ਕੀਰਤਨ ਹੈ ਇੱਥੇ ਇਹ ਨਹੀਂ ਕਿ ਇਕੱਲੇ ਸਿੱਖ ਹੀ ਆਉਂਦੇ ਨੇ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਆਉਂਦੇ ਨੇ ਸੋ ਪੰਡਿਤ ਜੀ ਪਿਛਲੇ ਸਾਲ ਵੀ ਸਾਨੂੰ ਮਿਲੇ ਸੀ ਔਰ ਇੱਥੇ ਮੰਦਿਰ ਦੇ ਇਹ ਪ੍ਰੀਸਟ ਨੇ ਔਰ ਹਰ ਸਾਲ ਇਸ ਨਗਰ ਕੀਰਤਨ ਦੇ ਵਿੱਚ ਸਾਂਝ ਪਾਉਣ ਆਉਂਦੇ ਨੇ ਪੰਡਿਤ ਜੀ ਕੀ ਕਹਿਣਾ ਚਾਹੋਗੇ ਮੈਂ ਸਭ ਕੋ ਸ਼ੁਭਕਾਮਨਾਏ ਦਿੱਤਾ ਹੂੰ ਸਿੱਖ ਧਰਮ ਕੀ ਜੋ ਵਿਸ਼ੇਸ਼ਤਾ ਹੈ ਉਹ ਸਭ ਕੋ ਸਾਥ ਮੇਂ ਲੈ ਕੇ ਚੱਲਣੇ ਕੀ ਹੈ ਔਰ ਯਹਾਂ ਪ੍ਰੀਤੀ ਭੋਜ ਕਰਤੇ ਹੈ ਇਹ ਲੰਗਰ ਦੇਤੇ ਹੈ ਸਭ ਕੋ ਨਾ ਕੇਵਲ ਹਿੰਦੂ ਸਿੱਖ ਈਸਾਈ ਔਰ ਉਧਰ ਗੋਰੇ ਵੀ ਯਹਾਂ ਪੇ ਆਤੇ ਹੈ ਸਿੱਖ ਵੀ ਆਤੇ ਹੈ ਸਾਰੀ ਕਮਿਊਨਿਟੀ ਆਤੀ ਹੈ ਔਰ ਸਭ ਲੋਕ ਮਿਲ ਕੇ ਯਹਾਂ ਪੇ ਆਨੰਦ ਕਰਤੇ ਹੈ ਔਰ ਖੁਸ਼ੀਆਂ ਮਨਾਤੇ ਹੈ ਇਸ ਉਤਸਵ ਕੀ ਜੀ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਡੇ ਕੋਲ ਵੱਖ ਵੱਖ ਗੁਰੂ ਘਰ ਥੈਂਕ ਯੂ ਸਾਡੇ ਕੋਲ ਸਾਡੇ ਸੱਜਣ ਵੱਖ ਵੱਖ ਗੁਰਦੁਆਰਿਆਂ ਤੋਂ ਇੱਥੇ ਆਏ ਹੋਏ ਨੇ ਆਓ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਇੱਧਰ ਨੂੰ ਮੂੰਹ ਕਰ ਲਈਏ ਜੀ ਅਤੇ ਸਾਡੇ ਕੋਲ ਸਾਰੇ ਸਾਡੇ ਸੱਜਣ ਬੈਠੇ ਆ ਇਹ ਆਪਣੀ ਆਪਣੀ ਇੰਟਰੋਡਕਸ਼ਨ ਆਪ ਦੇਣਗੇ ਔਰ ਕਿਹੜੇ ਕਿਹੜੇ ਗੁਰੂ ਘਰ ਤੋਂ ਆਏ ਆ ਭਾਅ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਮੈਂ ਜੀ ਹਰਪਾਲ ਸਿੰਘ ਟਾਂਡਾ ਬੈਟਲ ਕ੍ਰੀਕ ਗੁਰੂ ਘਰ ਮਿਸ਼ੀਗਨ ਅਤੇ ਅੱਜ ਸਿੱਖ ਪਰੇਡ ਜੋ ਜਿੱਥੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਤੁਸੀਂ ਦੂਰ ਦੂਰ ਤੱਕ ਦੇਖ ਰਹੇ ਹੋ ਕਿ ਹਰ ਸਾਲ ਪਰੇਡ ਦੀ ਸੰਗਤ ਹੈ ਵੱਧ ਤੋਂ ਵੱਧ ਆ ਰਹੀ ਹੈ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਮੈਨੇਜਮੈਂਟ ਕਮੇਟੀ ਜੋ ਇੱਥੇ ਦੀ ਲੈਂਸਿੰਗ ਗੁਰੂ ਘਰ ਦੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਦੇਵਾਂਗਾ ਅਤੇ ਉਸ ਦੇ ਨਾਲ ਨਾਲ ਸਾਰੇ ਜਿੰਨੇ ਦੂਰੋਂ ਦੁਰਾਡਿਓਂ ਚੱਲ ਕੇ ਸਿੱਖ ਸੰਗਤਾਂ ਇਸ ਪਰੇਡ ਦੀ ਰੌਣਕ ਵਧਾਉਣ ਵਾਸਤੇ ਆਈਆਂ ਨੇ ਸਮੇਤ ਪਰਿਵਾਰ ਪਹੁੰਚੇ ਨੇ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਹੋਇਆਂ ਨਾਲ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਹਰ ਸਾਲ ਹਮੇਸ਼ਾ ਇੱਥੇ ਪਹੁੰਚ ਕੇ ਪਰੇਡ ਦੀ ਰੌਣਕ ਵਧਾਇਆ ਕਰਨ ਇੰਨੇ ਸ਼ਬਦਾਂ ਨਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨ ਦੋਸਤ ਸਾਡੇ ਨੌਜਵਾਨ ਦੋਸਤਾਂ ਬਾਰੇ ਇਹ ਕਹਿਣਾ ਚਾਹੁੰਦਾ ਕਿ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਸਾਰੇ ਦੂਰ ਲਾਗਿਓਂ ਆਉਂਦੇ ਆ ਐਦਾਂ ਲੱਗਦਾ ਕਿ ਪੰਜਾਬ ਇੱਥੇ ਆ ਅਤੇ ਦੱਸੋ ਭਾਈ ਤੂੰ ਹੁੰਮ ਹੁਮਾ ਕੇ ਪਹੁੰਚਿਆ ਕਰੋ ਹਰ ਵਾਰੀ ਵੱਧ ਤੋਂ ਵੱਧ ਵਿਸਾਖੀ ਦੀਆਂ ਰੌਣਕਾਂ ਵਿਸਾਖੀ ਦੀ ਪਰੇਡ ਵਿੱਚ ਸ਼ਾਮਿਲ ਹੋ ਕੇ ਸਾਰੇ ਇੱਥੇ ਆ ਕੇ ਰੌਣਕਾਂ ਵਧਾਇਆ ਕਰੋ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਅਤੇ ਵੱਧ ਤੋਂ ਵੱਧ ਰੌਣਕ ਵਧਾਓ ਇੱਥੇ ਆ ਕੇ ਭਾਅ ਜੀ ਤੁਸੀਂ ਕੀ ਕਹੋਗੇ ਮੈਂ ਜੀ ਇਹੀ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਹਰ ਸਾਲ ਇੱਥੇ ਸਾਡੇ ਸਿੱਖ ਪਰੇਡ ਵਿੱਚ ਆ ਕੇ ਲਾਈਵ ਟੈਲੀਕਾਸਟ ਕਰਦੇ ਨੇ ਜਿਹੜੇ ਕਿ ਦੂਰ ਨੇੜੇ ਬੈਠੇ ਬਜ਼ੁਰਗ ਜਾਂ ਘਰੋਂ ਨਹੀਂ ਆ ਸਕਦੇ ਉਹ ਦੇਖਦੇ ਨੇ ਬਾਕੀ ਸਾਰੇ ਯੰਗਸਟਰ ਨੂੰ ਇਹੀ ਹੈ ਆਪਣੇ ਪੰਜਾਬੀਅਤ ਆਪਣੇ ਪੰਜਾਬ ਨਾਲ ਜੁੜੋ ਅਤੇ ਇੱਦਾਂ ਹੀ ਪਰੇਡ ਵਿੱਚ ਹਿੱਸਾ ਪਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਹਾਂਜੀ ਮੇਰਾ ਨਾਂ ਹਰਪ੍ਰੀਤ ਸਿੰਘ ਹੈ ਜੀ ਕੈਂਟਨ ਗੁਰੂ ਘਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਵੇਖ ਹੀ ਰਹੇ ਹੋ ਭਾਅ ਜੀ ਉਹਨਾਂ ਨੇ ਵੀ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਫਿਰ ਸੰਗਤਾਂ ਇੱਥੇ ਹੁੰਮ ਹੁਮਾ ਕੇ ਪਹੁੰਚੀਆਂ ਨੇ ਦੂਰੋਂ ਨੇੜਿਓਂ ਕੈਂਟਨ ਗੁਰੂ ਘਰ ਤੋਂ ਮੈਟਰੋ ਡਿਟਰੋਇਟ ਏਰੀਏ ਤੋਂ ਅਸੀਂ ਹਰ ਸਾਲ ਇੱਥੇ ਆਉਂਦੇ ਹਾਂ ਪਿਛਲੇ 10-12 ਸਾਲਾਂ ਤੋਂ ਆ ਰਹੇ ਹਾਂ ਅਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਸਾਲ ਇੱਦਾਂ ਹੀ ਆਉਂਦੇ ਰਹੋ ਰੌਣਕ ਵਧਾਉਂਦੇ ਰਹੋ ਪਰਿਵਾਰਾਂ ਸਮੇਤ ਇੱਥੇ ਸਾਰੇ ਜਣੇ ਇਕੱਠੇ ਹੋਵੋ ਸਭ ਤੋਂ ਵਧੀਆ ਜਿਹੜੀ ਗੱਲ ਹੈ ਕਿ ਇੱਥੇ ਜਿਹੜੇ ਆਹ ਸਟੋਲ ਸਟੂਲ ਲੱਗੇ ਆ ਪਿੱਛੇ ਰੰਗਾਰੰਗ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਅਤੇ ਥੈਂਕ ਯੂ ਬਰਿਆੜ ਸਾਹਿਬ ਤੁਹਾਡਾ ਕਵਰ ਕਰਨ ਦਾ ਮਿਹਰਬਾਨੀ ਸੋ ਸੱਭਿਆਚਾਰਕ ਸਫਾਂ ਦੇ ਵਿੱਚ ਸਾਡਾ ਬਹੁਤ ਹੀ ਪਿਆਰਾ ਮਿੱਤਰ ਜਿਸ ਨੇ ਮੈਂ ਸਮਝਾਂਗਾ ਕਿ ਮਿਡਵੈਸਟ ਦੇ ਵਿੱਚ
ਸੱਭਿਆਚਾਰ ਦੀ ਇੱਕ ਵਿਲੱਖਣ ਲਹਿਰ ਜਿਹੜੀ ਉਹ ਪੈਦਾ ਕੀਤੀ ਔਰ ਜਦੋਂ ਇਹ ਲਹਿਰਾਂ ਪੈਦਾ ਕੀਤੀਆਂ ਜਾਂਦੀਆਂ ਉਸ ਵੇਲੇ ਕਈ ਵਾਰੀ ਘਰ ਫੂਕ ਕੇ ਵੀ ਤਮਾਸ਼ਾ ਦੇਖਿਆ ਜਾਂਦਾ ਪਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਬਾਈ ਦਵਿੰਦਰ ਦਾ ਨਾਂ ਜਿਹੜਾ ਸੀ ਉਹ ਬਹੁਤ ਅੱਛੀਆਂ ਸਫ਼ਾਂ ਦੇ ਵਿੱਚ ਆਇਆ ਕੋਈ ਵੀ ਅੱਛਾ ਸ਼ੋਅ ਹੋਵੇ ਜਾਂ ਕੋਈ ਸੱਭਿਆਚਾਰਕ ਗਤੀਵਿਧੀ ਹੋਵੇ ਤਾਂ ਉਸ ਵੇਲੇ ਮਿਸ਼ੀਗਨ ਏਰੀਏ ਦੇ ਵਿੱਚ ਪੂਰਾ ਚਾਹੇ ਉਹ ਡਿਟਰੋਇਟ ਹੋਵੇ ਚਾਹੇ ਲੈਂਸਿੰਗ ਹੋਵੇ ਦਵਿੰਦਰ ਦਾ ਹੀ ਨਾਂ ਬੋਲਦਾ ਸੋ ਮਿੱਤਰਾਂ ਦਾ ਨਾਂ ਚੱਲਦਾ ਅੱਜ ਕੱਲ੍ਹ ਸੱਭਿਆਚਾਰਕ ਵਿਰਾਸਤ ਦੇ ਵਿੱਚ ਦਵਿੰਦਰ ਸਾਡੇ ਨਾਲ ਹੈ ਮੇਰਾ ਵੀਰ ਅਸੀਂ ਪੁੱਛਾਂਗੇ ਦਵਿੰਦਰ ਜੀ ਕੀ ਕਹੋਗੇ ਅੱਜ ਧੰਨਵਾਦ ਜੀ ਧੰਨਵਾਦ ਜਿੰਨਾ ਤੁਸੀਂ ਕਹਿਤਾ ਸ਼ਾਇਦ ਉਨੇ ਜੋਗਾ ਮੈਂ ਹੈ ਨਹੀਂ ਪਰ ਯਾਰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਅਤੇ ਬਹੁਤ ਹੀ ਵਧੀਆ ਮੈਨੂੰ ਜ਼ਿਆਦਾ ਬੋਲਣਾ ਨਹੀਂ ਆਉਂਦਾ ਪਰ ਅਸੀਂ ਰਿਆੜ ਸਾਹਿਬ ਜਿੱਥੇ ਖੜ੍ਹੇ ਹੋਣ ਸਾਨੂੰ ਨਾਲ ਖੜ੍ਹਨਾ ਹੀ ਮਾਣ ਮਹਿਸੂਸ ਹੁੰਦਾ ਕਿ ਅਸੀਂ ਰਿਆੜ ਸਾਹਿਬ ਦੇ ਨਾਲ ਆ ਕੇ ਖੜ੍ਹ ਗਏ ਅਤੇ ਜਸ ਟੀ ਵੀ ਨੂੰ ਵੀ ਸਾਰਿਆਂ ਨੂੰ ਇੱਥੇ ਪਹੁੰਚੇ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਜੀ ਔਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਦੋਸਤੋ ਅੱਗੇ ਲੈ ਚੱਲਦੇ ਹਾਂ ਤੁਹਾਨੂੰ ਹੋਰ ਸਟਾਲਾਂ ਵੱਲ ਕਿ ਕਿਸ ਢੰਗ ਨਾਲ ਸਾਰੇ ਸਟਾਲ ਜਿਹੜੇ ਨੇ ਉਹ ਭਰੇ ਹੋਏ ਨੇ ਚਾਹੇ ਉਹ ਖਾਣੇ ਦੇ ਨੇ ਚਾਹੇ ਉਹ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨੇ ਔਰ ਇੱਕ ਸਾਂਝੀ ਵਾਲਤਾ ਦਾ ਬਕਾਇਦਾ ਤੌਰ ਦੇ ਉੱਤੇ ਵੱਡਾ ਉਪਦੇਸ਼ ਇਸ ਨਗਰ ਕੀਰਤਨ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਾਂਝੀ ਵਾਲਤਾ ਦਾ ਉਪਦੇਸ਼ ਜਿਹੜਾ ਹੈ ਉਹ ਨਿਕਲਦਾ ਸੋ ਅਸੀਂ ਇੱਕ ਬ੍ਰੇਕ ਲਵਾਂਗੇ ਔਰ ਉਸ ਤੋਂ ਬਾਅਦ ਤੁਹਾਨੂੰ ਲੈ ਚੱਲਾਂਗੇ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਲਿਆਂ ਦੇ ਕੜੀ ਚਿਕਨ ਗ੍ਰੈਂਡ ਰੈਪਿਡ ਮਿਸ਼ੀਗਨ ਰਾਜ ਗਰੇਵਾਲ ਦੇ ਕੁਲਦੀਪ ਗਿੱਲ ਜਿਨ੍ਹਾਂ ਦੇ ਕਾਫੀ ਬਿਜ਼ਨਸ ਨੇ ਤੁਹਾਨੂੰ ਪਤਾ ਗੈਸ ਸਟੇਸ਼ਨ ਹੈ ਉਹਨਾਂ ਦੇ ਸਬਵੇ ਵਗੈਰਾ ਹੈਗੇ ਆ ਹੋਰ ਜਿੰਨੇ ਵੀ ਤੁਸੀਂ ਆਏ ਹੋ ਸਾਡੇ ਵਾਸਤੇ ਸਾਰੇ ਹੀ ਮਾਣ ਦੀ ਗੱਲ ਹੈ ਕਿ ਤੁਸੀਂ ਇੰਨੀ ਵਧੀਆ ਰੌਣਕ ਲਾਈ ਹੈ ਅਤੇ ਹੁਣ ਅਸੀਂ ਮੇਲੇ ਦਾ ਜਿਹੜਾ ਆਗਾਜ਼ ਕਰਨ ਲੱਗੇ ਹਾਂ ਮੈਂ ਆਵਾਜ਼ ਦੇਊਂਗਾ ਉਸ ਬੁਲੰਦ ਆਵਾਜ਼ ਨੂੰ ਜਿਹਨੂੰ ਤੁਸੀਂ ਟੀ ਵੀ ਪ੍ਰੋਗਰਾਮਾਂ ਦੇ ਵਿੱਚ ਜਿਹਨੂੰ ਤੁਸੀਂ ਉਹਨਾਂ ਦੇ ਗਾਣਿਆਂ ਦੇ ਵਿੱਚ ਸਟੇਜਾਂ ਦੇ ਉੱਤੇ ਬਹੁਤ ਸੁਣਿਆ ਵੈਸੇ ਮੈਂ ਗਾਉਣ ਵਾਲਿਆਂ ਦੀ ਗੱਲ ਕਰਦਾ ਹਾਂ ਕਈਆਂ ਨੂੰ ਉਹੀ ਭੂਤ ਚੜਿਆ ਹੁੰਦਾ ਇਹਨਾਂ ਗਾਉਣ ਵਾਲੇ ਦੀ ਹਿੱਕ ਵਿੱਚ ਜ਼ੋਰ ਹੈ ਨਹੀਂ ਅਤੇ ਇਕੱਲੇ ਸਾਜ਼ ਵਜਾਉਣ ਦਾ ਕੀ ਫਾਇਦਾ ਅਤੇ ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ ਅਤੇ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ ਅਤੇ ਕਰਜ਼ਾ ਲੈ ਕੇ ਜਿਨ੍ਹਾਂ ਨੇ ਮੋੜਨਾ ਹੀ ਨਹੀਂ ਅਤੇ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਅਤੇ ਮੱਖਣ ਬਰਾੜਾ ਜੋ ਘਰਾਂ ਨੂੰ ਫੂਕ ਸੁੱਟਦੇ ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਅਤੇ ਰੋਟੀ ਮੱਕੀ ਦੀ ਨਹੀਂ ਪਕਾ ਸਕਦੀ ਅਤੇ ਇਕੱਲਾ ਸਾਗ ਬਣਾਉਣ ਦਾ ਵੀ ਕੀ ਫਾਇਦਾ ਕੋਈ ਮਾਰਦਾ ਨਹੀਂ ਅਤੇ ਵੋਟਾਂ ਵਾਲੀਆਂ ਤੇ ਜਿੱਤਿਆ ਹੋਇਆ ਲੀਡਰ ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ ਅਤੇ ਇੱਜ਼ਤ ਮਾਪਿਆਂ ਦੀ ਪੈਰਾਂ ਵਿੱਚ ਰੋਲੇ ਅਤੇ ਚੰਗਾ ਕੰਮ ਹੈ ਉਸ ਮੁਟਿਆਰ ਦਾ ਨਹੀਂ ਅਤੇ ਜਿਹੜੇ ਗਾਣੇ 'ਚ ਨੰਗੇਜ ਦੀ ਝਲਕ ਮਾਰੇ ਅਤੇ ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ ਅਸੀਂ ਇੱਕ ਛੋਟੀ ਜਿਹੀ ਰਫੈਲ ਜਿਹੜਾ ਟਿਕਟਾਂ ਪਾਈਆਂ ਹੋਣੀਆਂ ਤੁਸੀਂ ਵਿੱਚ ਤਾਂ ਨਾਮ ਕੱਢਣ ਲੱਗੇ ਉਹਦੀ ਪਰਚੀ ਤੋ ਆਪੋ ਆਪਣੀਆਂ ਅੱਖਾਂ ਦੇ ਵਿੱਚ ਰੱਖ ਲਓ ਅਤੇ ਤੁਹਾਨੂੰ ਪਤਾ ਲੱਗਣਾ ਪਤਾ ਨਹੀਂ ਕਿਹਦਾ ਕੀ ਕਹਿੰਦੇ ਉਹਦੀ ਕਿਸਮਤ ਜਾਗ ਪੈਣੀ ਹੈ ਸੋ ਆਓ ਜੀ ਆਪਾਂ ਕੱਢੋ ਇਨਾਮ ਸੋਨੇ ਦੀ ਚੈਨ ਹੈ ਜੀ ਕਹਿੰਦੇ ਲਿਓ ਜੀ ਲਓ ਜੀ ਨੰਬਰ ਮੈਂ ਬੋਲਣ ਲੱਗਾ ਪਹਿਲਾ ਨੰਬਰ ਹੈ ਜੀ 1 ਦੂਜਾ ਨੰਬਰ ਹੈ 2 ਫਿਰ 6 ਫਿਰ 6 ਫਿਰ 9 ਫਿਰ 6 82 66 96 ਕਿਸੇ ਕੋਲ ਹੈਗਾ ਜਿਹਦੇ ਕੋਲ ਹੈਗਾ ਇੱਧਰ ਸਟੇਜ ਤੇ ਆ ਜਾਓ ਸੋਨੇ ਦੀ ਚੈਨੀ ਵੇਟ ਕਰ ਰਹੀ ਹੈ ਤੁਹਾਡੀ ਜੇ ਕਿਸੇ ਹੈ ਕੋਈ ਜੇ ਕਿਸੇ ਕੋਲ ਹੈਗਾ ਤਾਂ ਅਸੀਂ ਟਿਕਟ ਨਾਲ ਟਿਕਟ ਮਿਲਾਉਣੀ ਕਿਤੇ ਐਵੇਂ ਨਾ ਆ ਜਾਓ ਕਿ ਵੀ ਹਾਂ ਜੀ ਹੈਗਾ ਹਾਂ ਫਿਰ ਆਪਣਾ ਰੌਲਾ ਪੈ ਜੂ ਨਹੀਂ ਜਿਹੜੇ ਸਟੇਜ ਤੇ ਜੀ ਉਹਨਾਂ ਨੂੰ ਨਹੀਂ ਲੈਣੀ ਅਸੀਂ ਇਹ ਚਲੋ ਜੀ ਹੋਰ ਵੱਡੋ ਜੀ ਫਿਰ ਫਿਰ ਰਹਿਣ ਦਿਓ ਕਹਿੰਦੇ ਮੈਂ ਵੀ ਖੜਾ ਉਹ ਵੀ ਇਹ ਵੀ ਉੱਥੇ ਨੇੜੇ ਤੇੜੇ ਜਿਹੀ ਹੈ 82 67 09 ਇਹ ਮੇਰਾ ਖਿਆਲ ਇੱਕ ਟੱਪਰ ਦਾ ਹੀ ਹੋਣਾ ਪਹਿਲਾਂ ਨੰਬਰ ਹੋ ਜਾ ਸੀ ਆਹ ਵੀ ਉਹੀ ਹੈ
ਤੇ ਉਹ ਮੈਨੂੰ ਲੱਗਦਾ ਪਕੌੜੇ ਖਾ ਕੇ ਘਰ ਨੂੰ ਉੜ ਕੇ ਆਉਣੇ ਆ। ਇਹ ਨੀ ਪਤਾ ਵੀ ਸੋਨੇ ਦੀ ਚੈਨ ਇੱਥੇ ਡਿੱਗੀ ਜਾਂਦੀ ਹੈ ਤੁਹਾਨੂੰ ਹੈ ਬਈ ਕੋਈ ਹੈਗਾ ਫਿਰ ਬੋਲਾਂ ਮੈਂ 8267 09 8267 09 ਹੈਗਾ ਨਹੀਂ ਹੈਗਾ ਜੀ ਕਹਿੰਦੇ ਚੱਲ ਮੈਂ ਤਾਂ ਕਹਿੰਦਾ ਸਾਨੂੰ ਦੇ ਦਿਓ ਯਾਰ ਰਹਿਣ ਦੱਸਿਓ ਰੌਲਾ ਪਾਉਣ ਚੱਲਿਓ ਆਹੋ ਤਾਂ ਹੀ ਮੈਂ ਕਹਿੰਦਾ ਉਹਦੇ ਉੱਥੇ ਫੜਨ ਵੀ ਨਹੀਂ ਆਜੋ ਜੀ ਆਜੋ 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 ਸ਼ਾਬਾਸ਼ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਿਕਾਗੋ ਤੋਂ ਰੀਗਲ ਜੂਸ ਤੋਂ ਰਾਜਵੀਰ ਸਿੰਘ ਗਿੱਲ। ਅਸੀਂ ਇਸ ਸਾਲ ਕਮਿਊਨਿਟੀ ਨੂੰ ਵਾਅਦਾ ਕੀਤਾ ਕਿ ਜਿੰਨੇ ਵੀ ਸਾਡੇ ਪੰਜਾਬੀ ਫੰਕਸ਼ਨ ਹੋਣਗੇ ਉਹਨਾਂ 'ਚ ਅਸੀਂ ਹੁੰਮ ਹੁੰਮ ਆ ਕੇ ਹਿੱਸਾ ਲਵਾਂਗੇ। ਕੱਲ੍ਹ ਨੂੰ ਗੁਰਦਾਸ ਮਾਨ ਦਾ ਸ਼ੋਅ ਸ਼ਿਕਾਗੋ 'ਚ ਆ, ਉਹ 'ਚ ਵੀ ਇੱਕ ਰੈਫਲ ਰੱਖਿਆ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ, ਇਹ ਰੈਫਲ ਇਸ ਲਈ ਨੀਗਾ ਕਿ ਇਹ ਚਲੋ ਜੀ ਅਸੀਂ ਇਹਦੀ ਪ੍ਰਮੋਸ਼ਨ ਕਰਨੀ, ਪ੍ਰਮੋਸ਼ਨ ਤਾਂ ਬਿਜ਼ਨਸ ਦੀ ਹੁੰਦੀ ਰਹਿੰਦੀ ਆ। ਇਹ ਇੱਕ ਬਹਾਨਾ ਆ ਕਮਿਊਨਿਟੀ ਨੂੰ ਵਾਪਸ ਦੇਣ ਦਾ। ਇਹ ਜਿੰਨੇ ਵੀ ਪੈਸੇ ਇਕੱਠੇ ਹੋਏ ਨੇ ਇਹ ਸਾਰਾ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਨੇ, ਕੱਲ੍ਹ ਨੂੰ ਵੀ ਜਿੰਨੇ ਵੀ ਹੋਣਗੇ ਸਾਰਾ ਗੁਰਦੁਆਰਾ ਸਾਹਿਬ ਨੂੰ ਜਾਣੇ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੋ ਅੱਜ ਹਿੱਸਾ ਨਹੀਂ ਲੈ ਪਾਏ, ਬਾਕੀ ਫੰਕਸ਼ਨ ਚਾਹੋਗੇ ਕੋਈ ਰੈਫਲ ਦੇਖੋਗੇ ਹੋ ਰਿਹਾ ਤਾਂ ਹਮ ਹੁਮ ਹਮਾ ਕੇ ਅੱਗੇ ਵੱਧ ਕੇ ਗੁਰਦੁਆਰਾ ਸਾਹਿਬ ਲਈ ਦਾਨ ਪੇਟੀ 'ਚ ਪਾਓ ਅਤੇ ਆਪਣੀ ਜੋ ਬੱਚਿਆਂ ਲਈ ਆ ਉਹਨਾਂ ਲਈ ਹੁਮ ਹਮਾ ਕੇ ਆਪਣੀ ਅਦਾ ਚੰਦਾ ਦਿਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਲੈਂਸਿੰਗ ਦੀ ਕਮੇਟੀ ਦੇ ਬਿਹਾਫ 'ਤੇ ਅਤੇ ਲੈਂਸਿੰਗ ਦੀ ਸੰਗਤ ਦੇ ਬਿਹਾਫ 'ਤੇ ਜਸ ਪੰਜਾਬੀ ਫਰੋਮ ਨਿਊਯੋਰਕ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਹਰਵਿੰਦਰ ਰਿਆੜ ਜੀ ਅਤੇ ਦੀਪਕ ਜੀ, ਦੀਪਕ ਜੀ ਤੁਸੀਂ ਵੀ ਉੱਥੇ ਆ ਜਾਓ। ਸੋ ਤੁਹਾਨੂੰ ਅੰਕਲ ਜੀ ਸ਼ੀਲ ਦੇਣਗੇ। ਬਸ ਜੀ ਬਾਹਲਾ, ਬਸ ਆਪਾਂ 5 ਮਿੰਟ ਹੀ ਦਿੱਤੇ ਸੀ ਇਹਨਾਂ ਨੂੰ, ਪੂਰੇ ਹੋ ਗਏ, ਹੁਣ ਆਪਾਂ ਕਰਦੇ ਫਿਰ ਉਹ ਕੰਮ ਸ਼ੁਰੂ। ਆਓ ਜੀ ਤਮਾਨ ਜੀ, ਭਗਵਾਨ ਜੀ ਉਹਦਾ ਮਾਨ ਸਨਮਾਨ ਕੀਤਾ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਲਓ ਜਿਹੜੀਆਂ ਬੀਬੀਆਂ ਆਉਂਦੀਆਂ ਸੱਸਾਂ ਤੋਂ ਜਮਾਂ ਨਹੀਂ ਡਰਦੀਆਂ, ਉਹ ਤਾੜੀ ਮਾਰੋ। ਜਿਹੜੀਆਂ ਸੱਸਾਂ ਨਹੀਂ ਡਰਦੀਆਂ ਉਹ ਮਾਰ ਦਿਓ। ਚਲ ਬਸ ਠੀਕ ਆ, ਬਹੁਤ ਵਧੀਆ। ਮੈਂ ਬਹੁਤ ਸਾਰੇ ਮੇਲਿਆਂ 'ਤੇ ਜਾਣਾ, ਕਬੱਡੀ ਟੂਰਨਾਮੈਂਟਾਂ 'ਤੇ ਵੀ ਜਾਣਾ, ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਕੁੜੀਆਂ ਕਬੱਡੀ ਖੇਡਦੀਆਂ। ਮੈਨੂੰ ਕਹਿੰਦੀ ਤੁਸੀਂ ਮੁੰਡਿਆਂ ਦੇ ਸ਼ੇਅਰ ਲਿਖਦੇ ਆ, ਬਰਾੜ ਸਾਹਿਬ ਸਾਡਾ ਵੀ ਸ਼ੇਅਰ ਲਿਖੋ। ਤਾਂ ਮੈਂ ਕੁੜੀਆਂ ਦਾ ਸ਼ੇਅਰ ਲਿਖਿਆ ਸੀਗਾ, ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਅਤੇ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ, ਨੰਬਰ ਲੈ ਕੇ ਸਕੂਲਾਂ ਅਤੇ ਕਾਲਜਾਂ 'ਚੋਂ ਮਾਂ ਬਾਪ ਦਾ ਨਾਮ ਚਮਕਾਉਣ ਕੁੜੀਆਂ, ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ, ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ, ਪਰ ਮੱਖਣ ਬਰਾੜ ਦੀ ਮੰਨ ਲੈਣ ਗੱਲ ਇੱਕੋ, ਕਿਤੇ ਸੱਸ ਨੂੰ ਜੱਫੇ ਨਾ ਲਾਉਣ ਕੁੜੀਆਂ। ਹੋਰ ਨਵਾਂ ਕੁੜੀ ਰਾਤ ਨੂੰ ਡੇਢੀ ਕੀਤੀ ਪਈ ਹੋਵੇ। ਆਓ ਜੀ ਗੱਲ ਹੁੰਦੀ, ਅਗਲਾ ਗੀਤ ਵੀ ਇਹੋ ਜਿਹਾ ਹੀ ਹੈ, ਬਲਬੀਰ ਲਹਿਰਾ ਉਹਨਾਂ ਦਾ ਲਿਖਿਆ ਗੀਤ, ਰਿਕਾਰਡ ਹੋਣਾ ਮੇਰਾ। ਕਈ ਬੰਦੇ ਪਿਗ ਪੁਗ ਲਾ ਕੇ ਦੋਸਤੋ, ਅੱਜ ਬਹੁਤ ਹੀ ਖੁੱਲ੍ਹਾ ਵਿਸ਼ਾਲ ਪੰਡਾਲ ਹੈ। ਨਗਰ ਕੀਰਤਨ ਤੋਂ ਬਾਅਦ ਜਿਸ ਤਰ੍ਹਾਂ ਪੰਜਾਬੀ ਵਿਰਸੇ ਦਾ ਖੁੱਲ੍ਹਾ ਅਖਾੜਾ ਗਿੱਲ ਹਰਦੀਪ ਨੇ ਲਾਇਆ ਹੋਇਆ, ਔਰ ਸੰਗਤ ਜਿਹੜੀ ਆ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਇੱਥੇ ਬੈਠੀ ਆ। ਬੀਬੀਆਂ ਸਰਦੀ ਦੇ ਵਿੱਚ ਵੀ ਬੈਠੀਆਂ ਹੋਈਆਂ ਨੇ, ਔਰ ਸਮਾਂ ਸਾਨੂੰ ਜੀ ਕਰਦਾ ਕਿ ਅਸੀਂ ਹੋਰ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ, ਪਰ ਲਾਈਵ ਪ੍ਰੋਗਰਾਮ ਜਿਹੜਾ ਸਾਨੂੰ ਇੱਥੇ ਫਿਨਿਸ਼ ਕਰਨਾ ਪਏਗਾ, ਇੱਕ ਵਾਅਦੇ ਦੇ ਨਾਲ ਕਿ ਅਗਲੇ ਵਰੇ ਵੀ ਜਸ ਪੰਜਾਬੀ ਇਸੇ ਤਰ੍ਹਾਂ ਬਕਾਇਦਾ ਤੌਰ ਦੇ ਉੱਤੇ ਨਵੀਆਂ ਯਾਦਾਂ ਨੂੰ ਲੈ ਕੇ ਹੋਰ ਵਧੀਆ ਢੰਗ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਉਹ ਕਰੇਗਾ। ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਹਰਵਿੰਦਰ ਰਿਆੜ ਨੂੰ ਇਜਾਜ਼ਤ ਦਿਓ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂ ਸਾਡੇ ਦੀਪਕ ਧਵਾਨ ਜੀ ਦਾ, ਸੁਖਦੀਪ ਸੰਘਾ ਅਤੇ ਸਾਰਾ ਜਿਹੜਾ ਸਾਡਾ ਸਟੂਡੀਓ ਦੇ ਵਿੱਚ ਸਟਾਫ ਹੈ ਜਿਹੜਾ ਇਹਨੂੰ ਲਾਈਵ ਕਰ ਰਿਹਾ,
ਉਹਨਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।